ਕਾਉੜੇ ਪਨੀਰ ਪਕਾਉਣਾ ਮਹਾ ਪੁੱਛੇ ਨਾ ਕੋਸ ਕਿਸੇ ਜੀਦੀ ਕਾਟ ਨਹੀਂ ਹੈਗੀ ਹਾਏ ਹਾਏ ਵੈ ਸਿੱਧ ਦੇ ਵੇ ਇਹ ਕਿ ਮਾਰੇਗਾ ਹਾਏ 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 ਉਹ ਕਦੇ ਉਹ ਕਦੇ ਐ ਤਾਂ ਨਹੀਂ ਜਾਣ ਦਿੰਦੇ ਹਾਏ ਹਾਈ ਮਰਗੀ ਹਾਏ ਕਾਦੀ ਗੱਲ ਆ ਕੰਮ ਹੀ ਨਹੀਂ ਨਿਭੜਦੇ ਆ ਦੁਪਹਿਰਾ ਹੋ ਗਿਆ ਹਜੇ ਝਾੜੂ ਪਿਆ ਲਾਉਣ ਵਾਲਾ ਸਾਰਾ ਬੇਬੇ ਵੀ ਨਹੀਂ ਆਈ ਹਾਈ ਹਾਈ ਵੇਰਾ ਬਾਬੇ ਤੋਰਿਆ ਵੀ ਨਹੀਂ ਜਾਂਦਾ ਹਾਈ 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 ਹੋ ਹੋ ਹਾਈ 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 ਨੀ ਕੀ ਹੋ ਗਿਆ ਬੇਬੇ ਕੁਝ ਨਹੀਂ ਹੋਇਆ ਨੀ ਮਨੋ ਸ਼ੇਰ ਲਾਤ ਹਏ ਓਕੇ ਓਕੇ ਸਾਲਾ ਹੀ ਨਹੀਂ ਕੀ ਹੋ ਗਿਆ ਆਏ ਬੋਲ ਤਾਂ ਪੈ ਕੁਛ ਆਏ ਪਾਣੀ ਲੈ ਕੇ ਆਵਾਂ ਨਹੀਂ ਨਹੀਂ ਕਿਹੜਾ ਪਾਣੀ ਨਹੀਂ ਮੈਂ ਤਾਂ ਉਹਨਾਂ ਦੇ ਭੋਗ ਤੇ ਨਾ ਜਲੇਬੀਆਂ ਬਣੀ ਹੋਈਆਂ ਤੇ ਉਹ ਵੱਧ ਖਾਈ ਮਟਰ ਪਨੀਰ ਦੀ ਦਾਲ ਬਣੀ ਹੋਈ ਤੇ ਉਹ ਵੱਧ ਖਾ ਲਈ ਨਹੀਂ ਬੇਬੇ ਤੇਰਾ ਭੋਗ ਤੇ ਜਾ ਕੇ ਇਹ ਹਾਲਾ ਜੇ ਤੈਨੂੰ ਕਿਸੇ ਚੰਗੇ ਵਿਆਹ ਤੇ ਲੈ ਜੇ ਉੱਥੇ ਤਾਂ ਇੰਨੀਆਂ ਸਟਾਲਾਂ ਹੁੰਦੀਆਂ ਤੇਰਾ ਤਾਂ ਖਾ ਖਾ ਬੁਰਾ ਹਾਲ ਹੋ ਜਾਏ ਤੈਨੂੰ ਤਾਂ ਐਮਰਜੈਂਸੀ ਲੈ ਕੇ ਜਾਣਾ ਪੈ ਜੇ ਲੈ ਇਹ ਇਮਰਜੈਂਸੀ ਚ ਚਲਾਏ ਜਾਂਦੇ ਆ ਇਮਰਜੈਂਸੀ ਦੇ ਮਾਰ ਗੋਲੀ ਤੂੰ ਨਹੀਂ ਮੇਰਾ ਅੱਜ ਦਾ ਹੀਲਾ ਤਾਂ ਕਰ ਦੇ ਮੈਂ ਤਾਂ ਇੰਨੀ ਔਖੀ ਹੋਈ ਪਈ ਆ ਕੋਈ ਹੀਲਾ ਕਰ ਲੋ ਕੋ ਡਾਕਟਰ ਡਾਕਟਰ ਬੁਲਾ ਲਓ ਨਾ ਹੀਲੇ ਵਾਲੀ ਕੀ ਦੀ ਗੱਲ ਆ ਬੇਬੇ ਇਹਨੂੰ ਨਾ ਡੱਬਾ ਲੈ ਆਂਦਾ ਤੇ ਆ ਤੇਰੇ ਅਸਤੇ ਲਿਆਂਦਾ ਮੈਂ ਹੁਣੇ ਲਿਆ ਦੇ ਦਿੰਦੀ ਆ ਤੈਨੂੰ ਅੱਲਾ ਜੀ ਕਰਾ ਨਹੀਂ ਇਹਨੂੰ ਮੈਂ ਕੀ ਕਰਨਾ ਹੈ ਇਹਨੂੰ ਮੇਰੇ ਢਿੱਡ 'ਚ ਜਗ੍ਹਾ ਤਾਂ ਹੈ ਨਹੀਂ ਹੈ ਇਹਨੂੰ ਕਿੱਥੇ ਪਾ ਦੂੰਗੀ ਮੈਨੂੰ ਆਦਾ ਦੱਸ ਦੋ ਬੇਬੇ ਤੂੰ ਨਾ ਵੇਖ ਕੇ ਹਲਕਿਆ ਕਰ ਘੱਟ ਖਾ ਲਿਆ ਕਰ ਤੂੰ ਦੇਖ ਲੈ ਹਲਕੇ ਹੀ ਦੱਸਦੀ ਐ ਹੁਣ ਰੋਟੀ ਟੋਕ ਦਾ ਖਾਣੀ ਸੀ ਮੈਂ ਉਹਨਾਂ ਦੇ ਘਰੇ ਜਦੋਂ ਬੱਦ ਖਾਈ ਤਾਂ ਦੱਸ ਕੀ ਹੋ ਗਿਆ ਦੇਖ ਲੈ ਹੁਣ ਐ ਦਵਾਈ ਦਵਾਉਣ ਦਾ ਜਮੀ ਨਹੀਂ ਨਾ ਲੈਂਦੇ ਉਹ ਮੁੰਡੇ ਨੂੰ ਕਰ ਫੋਨ ਡਾਕਟਰ ਬੁਲਾਊਗਾ ਭਾਈ ਮੇਰਾ ਹੀਲਾ ਕਰੋ ਮੇ ਤਾਂ ਜਾਨ ਓਕੀ ਹੋਈ ਪਈ ਐ ਮੈਨੂੰ ਸਾਹ ਨਹੀਂ ਆਉਂਦਾ ਰੋਜ਼ ਟੀਕੇ ਲਵਾਉਣ ਥਾਂ ਹੋ ਜਾਂਦੀ ਐ ਆ ਰੋਜ਼ ਪੈਸਿਆਂ ਥਾਂ ਕਰ ਦਿੰਦੀ ਐ ਕੱਲ ਹੀ ਭੋਗ ਤੇ ਜਾ ਕੇ ਆਈ ਐ ਚੱਲ ਬੇਬੇ ਕੋਈ ਨਾ ਮੈਂ ਕਰਦੀ ਉਹਨਾਂ ਨੂੰ ਫੋਨ ਉਹ ਬੁਰ ਗੁੜਜੇ ਕੀ ਕਰੀ ਜਾਂਦੀ ਐ ਔ ਕੁਛ ਨਹੀਂ ਕਹਿੰਦੀ ਬੇਬੇ ਮੈਂ ਹੀ ਕਹਿੰਦੀ ਸਮਝ ਚਾ ਉਹਨਾਂ ਨੂੰ ਫੋਨ ਕਰਦੇ ਨੇ ਬਾਹਰ ਗਏ ਹੋਏ ਆ ਆਉਂਦੇ ਡਾਕਟਰ ਨੂੰ ਚੜਾ ਲਿਆ ਹੋਣਗੇ ਇਹ ਵੀ ਕਿਸੇ ਦੇ ਸਾਰੇ ਆ ਬੁੜੇ ਬੰਦੇ ਦੇ ਨਹੀਂ ਹਾਜਮਾਉਂਦੀ ਚੀਜ਼ ਹੈ ਜਦ ਮੈਂ ਤੇਰੇ ਵਰਗੀ ਜਦੋਂ ਬੱਚੇ ਰਖਾ ਲੈਂਦੀ ਦੀ ਨਾਚ ਵੀ ਟੱਪਦੀ ਦੀ ਹਾਜਮਾ ਆ ਜਾਂਦੀ ਉਹ ਆ ਗਏ ਉਹਨਾਂ ਨੂੰ ਕਹਿ ਦੇ ਨੇ ਖੜ ਦੇ ਮੈਂ ਆ ਗਏ ਉਹ ਹੁਣ ਮੈਂ ਤਾਂ ਫਿਰਿਆ ਦੋਰੀਆਂ ਨਹੀਂ ਜਾਂਦਾ ਆਪੇ ਨਹੀਂ ਹਾਜਮਾ ਆਉਂਦਾ ਹੁਣ ਮੇਰੇ ਚਲ ਕੋਈ ਨਾ ਬੇਬੇ ਤੂੰ ਪੈ ਜਾ ਆਉਂਦੇ ਆ ਉਹਨਾਂ ਨੂੰ ਕਹਿ ਦੇ ਨੇ ਤਾਂ ਟੀਕਾ ਠੂਕ ਲਵਾ ਦੇਣਗੇ ਤੇਰੇ ਕੀ ਹੋ ਗਿਆ ਤੁਸੀਂ ਕਿਵੇਂ ਇਕੱਠੇ ਆਏ ਘੜੀਆਂ ਇਕੱਠੀਆਂ ਨਾ ਹੋਈਏ ਪੁੱਛ ਲਾ ਕੀ ਹੋ ਗਿਆ ਇਹਨਾਂ ਨੂੰ ਕਿਉਂ ਜੇ ਬੇਬੇ ਕੀ ਹੋ ਗਿਆ ਤੁਨੂੰ ਬੇ ਪੁੱਤਾ ਹੋਣਾ ਕੀ ਤੇ ਮੈਂ ਇਹਨਾਂ ਦੇ ਭੋਗ ਤੇ ਵਾਗੀ ਇਹਨਾਂ ਦੇ ਭੋਗ ਤੇ ਵਾਗੀ ਬੇਬੇ ਅਰਜਨ ਕੇ ਨਾਲ ਤੁਹਾਨੂੰ ਕਿਹਾ ਸੀ ਵੀ ਤੁਸੀਂ ਜਾਵੜੂ ਭੋਗ ਤੇ ਆ ਬੇਬੇ ਵਾਗੀ ਹਾਂ ਉੱਥੇ ਹਾਲ ਦੇਖ ਲੈ ਕੀ ਕਰ ਲਿਆ ਆਪਦਾ ਹਾਂ ਆਹ ਜਿਆ ਕੀ ਖਾ ਲਿਆ ਤੇ ਭੋਗ ਤੇ ਜਿਹੜਾ ਦੋ ਐ ਆ ਹਾਈਲਾ ਕਰਕੇ ਤਨੇ ਬੇ ਪੁੱਤਾ ਮੈਂ ਕੀ ਖਾਣਾ ਸੀ ਦੇਖੀ ਉਹਨਾਂ ਦੇ ਮਟਰ ਪਨੀਰ ਦੀ ਦਾਲ ਬਣੀ ਹੋਈ ᱛੀ ਮੈਂ 2-4 ਰੋਟੀਆਂ ਖਾ ਲੀਆਂ ਨਾਲੇ ਜਲੇਬੀਆਂ ਵੀ ਜਗਨੇ ਖਾਧਿਆ ਕੁਝ 15 ਕ ਜਲੇਬੀਆਂ ਖਾਧੀਆਂ ਨੇ ਲੈ ਪਤਾ ਨਹੀਂ ਢਿੱਡ ਨੂੰ ਕੀ ਹੋ ਗਿਆ 15 ਕ ਜਲੇਬੀਆਂ 15 ਜਲੇਬੀਆਂ ਨਾਲ ਥਾਲ ਭਰਦਾ ਮਾਂ ਮੇਰੀ ਏ 15 ਕ ਜਲੇਬੀਆਂ ਹਾਂ ਹਣ ਦੇ ਦੇ ਕੋਈ ਦਵਾਈ ਦੂਈ ਇਹਨੂੰ ਦਵਾਈ ਦੂਈ ਨਹੀਂ ਕਹਿੰਦੀ ਨੰਗਦੀ ਮੇਰੇ ਬੇ ਦਵਾਈ ਨਹੀਂ ਮੈਨੂੰ ਕੰਮ ਕਰਦੀ ਪੁੱਤ ਤੂੰ ਮੇਰੇ ਕੋਈ ਠੀਕਾ ਢੂਕਾ ਲਵਾ ਕੱਟੀ ਗੱਲ ਵਾ ਜਿਹੜਾ ਹਾਜਮ ਹੁਜਮ ਹੋ ਜੇ ਕੁਸ ਜਾਵੇਂ ਰੋਟੀ ਆ ਜੇ ਇੱਕ ਪਾਸਾ ਤਾਂ ਹੋ ਜੇ ਤੁਸੀਂ ਇਹਨੂੰ ਗੋਲੀਆਂ ਲਿਆ ਦਿਓ ਬੇਬੇ ਨੂੰ ਜੇ ਉਲਟੀ ਆ ਗਈ ਸਾਫ ਜੀਆਂ ਜਲੇਬੀਆਂ ਨਿਕਲਣ ਲੱਗੀਆਂ ਪਹਿਲਾਂ ਇੱਕ ਗੱਲ ਦੱਸ ਮਾਂ ਮੇਰੀਏ ਮੈਂ ਰੋਜ਼ ਰੋਜ਼ ਡਾਕਟਰ ਤੇ ਜਾਂਦਾ ਸੋਣਾ ਲੱਗਦਾ ਪੜਾ ਡਾਕਟਰ ਕੀ ਕਹੂਗਾ ਵੀ ਇਹਨਾਂ ਦੀ ਬੁੜੀ ਤਾਂ ਰੋਜ਼ ਕਿਸੇ ਦੇ ਭੋਗ ਤੇ ਖਾਇਆ ਹੁੰਦੀ ਹੈ ਫੇ ਟੀਕੇ ਉਹਦੇ ਲਵਾਉਂਦੇ ਫਿਰ ਜਾਂਦੇ ਵੇ ਫੇਰ ਕੀ ਹੋ ਗਿਆ ਵੇ ਦੁਨੀਆ ਹੀ ਖਾਂਦੀ ਹੈ ਜੇ ਮੈਂ ਖਾਈ ਦੱਸ ਕੀ ਭੋਗ ਤੇ ਘਾਟਾ ਪੈ ਗਿਆ ਫੇਰ ਯਾ ਤੂੰ ਭੱਜ ਜਾਂਦਾ ਨਾ ਤਾਂ ਮੈਨੂੰ ਭੇਜ ਦਿੰਨੇ ਓ ਫਿਰ ਮੈਨੂੰ ਭਾਈ ਉੱਥੇ ਦੇਖ ਕੇ ਜੀਜ ਨੂੰ ਜੀਤਾ ਕਰ ਦਈਏ ਖਾਣ ਨੂੰ ਬਾਬੇ ਘਟਦਾ ਮੈਂ ਦੇਖਦੀ ਨਹੀਂ ਫਿਰ ਕਿੰਨਾ ਕਰਦਾ ਜਾਂਦਾ ਖਾ ਲਾ ਨਹੀਂ ਆਉਂਦੀ ਕੀ ਕਰਦੇ ਦੁੱਖ ਸੁੱਖ ਕਰਨ ਭੇਜਦੇ ਆਂ ਖਾਣ ਤਾਂ ਨਹੀਂ ਭੇਜਦੇ ਉੱਥੇ ਬੇਬੇ 15 ਜਲੇਬੀਆਂ ਮੈਂ ਨਾ ਕਹਾਉਂਦੀਆਂ ਨੇ ਥਾਲ ਭਰਦ ਥਾਲ ਟੀਸੀ ਲੱਗ ਜਾਂਦੀ ਥਾਲ ਤੇ ਬੇ ਮੈਨੂੰ ਤਾਂ ਸਵਾਦ ਲੱਗੀਆਂ ਮੇਰਾ ਤਾਂ ਜੀ ਕਰੇ ਵੀ ਜਾਣੀ ਦੀ ਹੋਰ ਵੀ ਖਾ ਲੈ ਦੋ ਚਾਰ ਫਿਰ ਨਾਲੇ ਘਰੋਂ ਡਰਦੀ ਤੀ ਮੈਂ ਕਿਤੇ ਉਹੀ ਗੱਲ ਆ ਜਾਂਦੀ ਨੂੰ ਕਿ ਔਖੀ ਨਾ ਹੋਵਾਂ ਉਹੀ ਗੱਲ ਮੇਰੇ ਮੂਰੇ ਆ ਗਈ ਵੇ ਕੀ ਕਰਾਂ ਨਾਲੇ ਮੇਰੀ ਗੱਲ ਸੁਣ ਲੈ ਗੋਰੀ ਮੈਨੂੰ ਤਾਂ ਰਾਹ ਹੁੰਦਾ ਹੈ ਮੈਨੂੰ ਦੁੱਖ ਸੁੱਖ ਖਾਏ ਦੇ ਕਿਸੇ ਦੇ ਭੇਜਿਆ ਨਾ ਕਰੋ ਹੈ ਮੈਂ ਤਾਂ ਦੁੱਖ ਸੁੱਖ ਤਾਂ ਘੱਟ ਕਰਦੀਆਂ ਮੇਰੇ ਤਾਂ ਜਲੇਬੀਆਂ 'ਚ ਸੁਰਤੀ ਰਹੀ ਨੇ ਵੀ ਕਦੋਂ ਖਾ ਲਾਂ ਮੈਂ ਕਦੋਂ ਖਾ ਲਾਂ ਮੈਂ ਮੇਰੀ ਗੱਲ ਸੁਣੋ ਬੇਬੇ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਆਪਾਂ ਬਹੁਤ ਵਾਰੀ ਸਮਝਾਈ ਆ ਤੁਸੀਂ ਤਾਂ ਬੇਬੇ ਨੂੰ ਦਵਾਈ ਲਿਆ ਦਿਓ ਹੋਰ ਵੇਖ ਢਿੱਡ ਕੇ ਫਟਣ ਵਾਲਾ ਹੋਇਆ ਹੋਰ ਕਿਤੇ ਇੱਥੇ ਫਟ ਜੇ ਔਰ ਮੈਨੂੰ ਵੀ ਲੱਗਦਾ ਵੀ ਪੜਾਕਾ ਪਊਗਾ ਇਹਦਾ ਮੈਨੂੰ ਦਿਖਣ ਲੱਗ ਰਿਹਾ ਇਹਦਾ ਨਾ ਕਿਦਾਂ ਇੱਕ ਨਾ ਕਿਦਾਂ ਦਾ ਪਊਗਾ ਇਹ ਅੱਜ ਨਹੀਂ ਤਾਂ ਕੱਲ ਇਹਦਾ ਫੋਟੋ ਬਾਅਦ ਤੱਕ ਇਹ ਮੰਨਦੀ ਨਹੀਂ ਆਪਣੀ ਕਾਨੂੰ ਮਾੜਾ ਬੋਲ ਬੋਲਦਾ ਹੈ ਬਿਟਿਡ ਦਾ ਦਵਾਈਆਂ ਨੇ ਕਰ ਰੱਖੇ ਐਡਾ ਅੱਜ ਕਾਨੂੰ ਹੋਇਆ ਦਵਾਈਆਂ ਨੇ ਕਾਨੂੰ ਕਰਖੇ ਜਨੇਬੀਆਂ ਨੇ ਕਰਖੇ ਲੋਕਾਂ ਦੇ ਭੋਗਾਂ ਦੇ ਜਾ ਜਾ ਕੇ ਲੈ ਆ ਕੇ ਦੇਣਾ ਇਹਨੂੰ ਮੈਂ ਦਵਾਈ ਕੋਈ ਤੇ ਹੋਰ ਲਿਆ ਦਿਓ ਓਹੋ ਹੁਣ ਖਾਣ ਵਾਲੀ ਲਿਆਵਾ ਇੱਕ ਲੰਗਦੀ ਨਹੀਂ ਉਹ ਮੇਰੇ ਕਿੱਥੇ ਰੰਗੂਗੀ ਭਲਾ ਇਹਦਾ ਦੱਸ ਦੇ ਜਿਹੜਾ ਪਹਿਲੇ ਹੀ ਪਟਨ ਵਾਲਾ ਹੋਇਆ ਪਿਆ ਤੈਨੂੰ ਦੋ ਵਾਰੀ ਕਹਿਤਾ ਫੇਰ ਕਹਿੰਦਾ ਖਾਣ ਵਾਲੀ ਖਵਾਈਂ ਜਾ ਮੈਨੂੰ ਪਹਿਲੀ ਖਾ ਖਾ ਕੇ ਮੈਂ ਓਕੀ ਹੋਈ ਪਈਾਂਗੀ ਚਲ ਇਹ ਲਿਆ ਕੇ ਦੇਣੀ ਬੋਏ ਨਹੀਂ ਮੰਦੀ ਕਿਸੇ ਦੀ ਕੋਈ ਠੀਕਾ ਟੂਕਾ ਲਵਾ ਦੇ ਗਾਲ ਦੇ ਆ ਸਾਧ ਲਿਆ ਜੀ ਡਾਕਟਰ ਜੀ ਠੀਕਾ ਲਵਾ ਦੋ ਮੈਨੂੰ ਲੱਗਦਾ ਤੇਰੇ ਜ਼ਹਿਰ ਦੀ ਲਗਾਉਣਾ ਪਊ ਜਿਹੜੇ ਹਾਲ ਤੇਰੇ ਨੇ 5200 ਰੁਪਏ ਹੋਗੇ ਤੇਰੇ ਟੀਕੇ ਟੀਕੇ ਦਾ ਬਈ ਜ਼ਹਿਰ ਬਾਤਾ ਮੈਨੂੰ ਪਹਿਲੀ ਹੋਇਆ ਪਿਆ ਜ਼ਹਿਰ ਬਾ ਹੋਇਆ ਪਿਆ ਚਲ ਮੜੀ ਜੀ ਗੌਰ ਰੱਖੀ ਇਹਦੀ ਮੈਂ ਜਾ ਆਵਾਂ ਚਲ ਮੈਂ ਕੁਝ ਹੋਰ ਖਵਾ ਦੇਣੀ ਬੇਬੇ ਨੂੰ ਆਹੋ ਖਵਾ ਦੇ ਨੂੰ ਰਜਾ ਦੇ ਨੂੰ ਸਮਾਰ ਕੇ ਇਹਨੂੰ ਉਰੋਦਕ ਭਰ ਦਿਆਂ ਤਾਂ ਐ ਤਾਂ ਉਹਦੇ ਬਾ ਡੰਡਾ ਲੈ ਕੇ ਦੇ ਮੂੰਹ ਵਿੱਚ ਐ ਧੱਕ ਦੇਉਗਾ ਹਾਂ ਇਹਦਾ ਪਹਿਲੀ ਨਿਕਲਣ ਵਾਲਾ ਰਸਮਾਨ ਮੈਨੂੰ ਐਸੀ ਇਕੱਠੇ ਹੀ ਟੀਕਾ ਲਵਾ ਦਿੰਦੇ ਵਾਰੀ ਵਾਰੀ ਨਾ ਲਵਾਉਣਾ ਪੈਂਦਾ ਬੇ ਸੱਚੀ ਗੱਲ ਹੈ ਤਾਂ ਹੀ ਤਾਂ ਲੋਕ ਗੱਲਾਂ ਬਣਾ ਲੈਂਦੇ ਨੇ ਕਹਿੰਦੇ ਨੇ ਸ਼ੀਬੋ ਤਾਂ ਇੱਕ ਲਫਾਫੇ ਦੀਆਂ ਜਲੇਬੀਆਂ ਢਿੱਡ ਜੇ ਪਾ ਕੇ ਲੈ ਜਾਂਦੀ ਐ ਪਰ ਕੀ ਕਰਾਂ ਜਾਊਂਗੀ ਤਾਂ ਮੈਂ ਫੇਰ ਵੀ ਭੋਗ ਤੇ ਮੈਨੂੰ ਜਾਏ ਬਿਨਾਂ ਤਾਂ ਸਰਦਾ ਨਹੀਂ ਵੇਰੇ ਤਾਂ ਮੈਨੂੰ ਮਿੱਠਾ ਖਾਣ ਹੀ ਦਿੰਦੇ ਕਹਿੰਦੇ ਤੈਨੂੰ ਸ਼ੂਗਰ ਹੋ ਰਿਹਾ ਹੈ ਜਾਂ ਇਹਨੂੰ ਖਾਵੇ ਸ਼ੂਗਰ ਕਰਕੇ ਆਪਦਾ ਜੀਤਾ ਪੂਰਾ ਕਰਨ ਲਈ ਹੈ ਮਾਉਣ ਜਾਣ ਕਰੂੰ ਬੜਾ ਟਾਈਮ ਲਾਉਂਦਾ ਹੈਗਾ ਉੱਥੇ ਮੈਨੂੰ ਹੋਰ ਵੀ ਕੰਮ ਨੇ ਹਾਂ ਛੇਤੀ ਆਜੋ ਠੀਕ ਆਜੂਗਾ ਆਜੂਗਾ ਮਾੜਾ ਸੱਚ ਗੱਲ ਸੁਣੋ ਆ ਗਮਾਂਡੀਆਂ ਦਾ ਮਿੱਠੂ ਆਊਗਾ ਉਹਨੂੰ ਰੂਟਾ ਵੀਟਰ ਪਵਾ ਦੀ ਚੰਗਾ ਉਹ ਤਾਂ ਪਵਾ ਦੂੰਗੀ ਕਿੱਥੇ ਜਾਵੜੀ ਉਹ ਦੇਖ ਲੈ ਬੇਬੇ ਉਲਟੀਆਂ ਕਰੀ ਜਾਂਦੀ ਆ ਇਹਨੇ ਬੜਾ ਦੁਖੀ ਕਰਿਆ ਮੈਂ ਤਾਂ ਹਰ ਸਮੇਂ ਜਲੂਸ ਕੱਢੀ ਰੱਖਦੀ ਐ ਹੁਣ ਦੱਸ ਕੀ ਕਰਾਂ ਦਵਾਈ ਦਿਵਾ ਲਿਓ ਡਾਕਟਰ ਤੋਂ ਚੰਗੇ ਤੋਂ ਹੁਣ ਕੱਲ ਦਾ ਟੀਕੇ ਲਵਾਏ ਨੇ ਉਹ ਟੀਕੇ ਨਾਲ ਨਹੀਂ ਕੁਝ ਹੁੰਦਾ ਨੂੰ ਹੁਣ ਦਵਾਈ ਦਿਵਾਣੀ ਪਊਗੀ ਆ ਬੋਤਲਾਂ ਲਵਾ ਲਿਓ ਹੋਰ ਕੀ ਐ ਫਿਰ ਹੁਣ ਜੇ ਮੈਂ ਇਹਨੂੰ ਲੈ ਗਿਆ ਫਿਰ ਮੇਰਾ ਤਾਂ ਕੰਮ ਰਹਿ ਗਿਆ ਚਲੋ ਕੋਈ ਹੁਣ ਇਹ ਆਪਣਾ ਕਰਨਾ ਹੀ ਪਊਗਾ ਹੋਰ ਕੌਣ ਕਰੂਗਾ ਮੈਂ ਪਾਣੀ ਲਿਆ ਕੇ ਦਿੰਨੀ ਆ ਬੇਬੇ ਨੂੰ ਤੁਸੀ ਗੂਗਸਾ ਲਵਾ ਦਨਾ ਹਾਂ ਲਵਾ ਦੋ ਫਿਰ ਹੋਰ ਕੀ ਆ ਚਲੋ ਬੜਾ ਪੰਗਾ ਸੜਿਆ ਗੁਰੀ ਉਹ ਹਰੇ ਲੈ ਓਕੇ ਮੈਂ ਗੁਰੀ ਬਾਈ ਉਹ ਬਹੁਤ ਵਧੀਆ ਬਹੁਤ ਵਧੀਆ ਹੋ ਸੁਣਾ ਇਕਰ ਵਰਤਾਂ ਤੂੰ ਮੈਂ ਤਾਂ ਆਪਣੇ ਕੱਲ ਨੂੰ ਖੰਡਪਾੜ ਦਾ ਪ੍ਰਕਾਸ਼ ਹੋਊਗਾ ਅੱਛਾ ਮੁੰਡੇ ਦਾ ਜਨਮ ਦਿਨ ਮਨਾਵਾਂਗੇ ਅੱਛਾ ਤੇ ਚੌਥੇ ਨੂੰ ਭੋਗ ਆ ਠੀਕ ਹੈ ਠੀਕ ਹੈ ਸਾਰੇ ਪਰਿਵਾਰ ਨੇ ਆਉਣਾ ਤੇ ਤਿੰਨੇ ਦਿਨ ਉੱਥੇ ਰੋਟੀ ਕਰਨੀ ਨਹੀਂ ਮਤਲਬ ਇੱਥੇ ਬਣਾਉਣੀ ਉੱਥੇ ਖਾਣਿਆ ਅੱਛਾ ਸਾਰਾ ਕੁਝ ਠੀਕ ਆ ਤੇ ਵਧੀਆ ਪ੍ਰੋਗਰਾਮ ਕਰਨਾ ਜ਼ਰੂਰ ਆਉਣਾ ਇਹ ਨਾ ਹੋਵੇ ਵੀ ਕੋਈ ਤੁਸੀਂ ਆਉਣਾ ਨਾ ਆਵਾਂਗੇ ਯਾਰ ਕ ਆਪਣਾ ਘਰ ਦਾ ਕੰਮ ਆਵਾਂਗੇ ਆਵਾਂਗੇ ਕਿਉਂ ਨਹੀਂ ਨਾ ਫਿਰ ਜਨਮ ਦੇ ਨਾ ਮੁੰਡੇ ਦਾ ਜਨਮ ਦੇ ਨਾ ਪਰ ਤਾਂ ਪਤਾਈਆਂ ਤੈਨੂੰ ਯਾਰ ਹੈ ਲਾਹੌਰ ਹੁਣ ਫਿਰ ਤਾਂ ਵਧੀਆ ਪ੍ਰੋਗਰਾਮ ਕਰੋਗੇ ਬਾਈ ਆਪਣੇ ਦਾ ਵਿਆਹ ਵਾਲਾ ਕੰਮ ਆ ਸਾਰਾ ਕੁਝ ਹੀ ਬਣੂਗਾ ਰਾਸਗੋਲੇ ਗੁਲਾਬ ਜਾਮਨ ਬਰਫੀ ਲੱਡੂ ਪਨੀਰ ਪਕੌੜਾ ਸਿੱਪੋ ਬਣ ਗਿਆ ਕੰਮ ਕੋਈ ਜਾਵੇ ਨਾ ਜਾਵੇ ਆਪਾਂ ਤਾਂ ਜ਼ਰੂਰ ਜਾਵਾਂਗੇ ਅੱਛਾ ਫਿਰ ਤਾਂ ਵਧੀਆ ਵਿਆਹ ਵਾਲਾ ਕੰਮ ਕਰੋਗੇ ਵਾਲਾ ਕੰਮ ਕਰਾਂਗੇ ਫਿਰ ਤਾਂ ਚੱਲ ਭਾਏ ਜਰੂਰ ਆਵਾਂਗੇ ਜਰੂਰ ਆਵਾਂਗੇ ਭਾਈ ਹਾਂ ਔਰ ਚਾਹ ਪਾਣੀ ਬੱਸ ਕਰੇ ਪਰਜਾਈ ਨੂੰ ਵੀ ਕਹਿ ਦੀ ਹਾਂ ਠੀਕ ਆ ਸਾਰੇ ਪਰਿਵਾਰ ਨਹੀਂ ਆਉਣਾ ਯਾਰ ਮਤਲਬ ਮਹ ਜਰੂਰ ਆਵਾਂਗੇ ਉੱਥੇ ਆਪਦਾ ਨਾਲੇ ਸੇਵਾ ਕਰਿਓ ਨਾ ਠੀਕ ਆ ਰੋਟੀ ਪਾਣੀ ਘਰੇ ਕੁਛ ਨਹੀਂ ਬਣਾਉਣਾ ਬਸ ਠੀਕ ਠੀਕ ਆ ਠੀਕ ਚੱਲੇ ਠੀਕ ਆ ਠੀਕ ਆ ਉੱਥੇ ਉੱਥੇ ਕਰਾਂਗੇ ਭਾਈ ਜਰੂਰ ਭਾਈ ਠੀਕ ਆ ਬਾਰ ਬਾਰ ਕਹਿ ਰਿਹਾ ਮੈਂ ਤੈਨੂੰ ਜਮੇ ਜਮੇ ਚਿੰਤਾ ਨਾ ਕਰਾਂ ਆਵਾਂਗੇ ਫਿਰ ਕਹਿ ਦੋ ਮੈਂ ਸਾਨੂੰ ਘਰੇ ਕੰਮ ਹੋ ਗਿਆ ਆ ਹੋ ਗਿਆ ਨਹੀਂ ਮਹ ਹਾਂ ਸਾਰੇ ਆਵਾਂਗੇ ਕਿਉਂ ਸੋਚ ਕਰਦਾ ਚੰਗਾ 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 ਭਾਈ ਲੈ ਵੀ ਨਾ ਗੁਰਪ੍ਰੀਤ ਕਿਵੇਂ ਆਇਆ ਸੀ ਉਹ ਇਹਨੇ ਕਿਵੇਂ ਆਉਣਾ ਹੈ ਇਹਦਾ ਖੰਡ ਪਾਠ ਹੈ ਚੌਥੇ ਨੂੰ ਭੋਗ ਹੈ ਕੱਲ ਨੂੰ ਪ੍ਰਕਾਸ਼ ਹੋਊਗਾ ਉਹ ਮੁੰਡੇ ਦਾ ਜਨਮ ਦਿਨ ਇਹਦਾ ਅੱਛਾ ਕਹਿੰਦਾ ਖੰਡ ਪਾਠ ਪ੍ਰਕਾਸ਼ ਕਰਾ ਲਿਆ ਕਹਿੰਦਾ ਅਸੀਂ ਨੇ ਠੀਕ ਹੈ ਕਹਿੰਦਾ ਸਾਰੇ ਆਇਓ ਸਾਰਿਆਂ ਨੂੰ ਕਹਿ ਕੇ ਗਿਆ ਅੱਛਾ ਸਾਰਿਆਂ ਨੂੰ ਜਾਣ ਫਿਰ ਹੋਰ ਵਿਆਹ ਵਾਲਾ ਪ੍ਰੋਗਰਾਮ ਕਰਿਆ ਵਿਆਹ ਵਾਲਾ ਕਹਿੰਦਾ ਗਲਾਬ ਜਾਮਣਾ ਰਸਗੁੱਲੇ ਪਕੌੜੇ ਪਨੀਰ ਪਕੌੜਾ ਮਹਾ ਪੁੱਛੇ ਨਾ ਕੁਸ ਕਿਸੇ ਚੀ ਦੀ ਘਾਟ ਨਹੀਂ ਹੈਗੀ ਤੇ ਤਾਂ ਬਾਬਾ ਸਮਾਨ ਬਣਾਉਣਗੇ ਹੋਰ ਕੀ ਕਰ ਸੁਣੋ ਹਾਂ ਆਪਾਂ ਬੇਬੇ ਨੂੰ ਲੈ ਕੇ ਜਾਂਦੇ ਵੇ ਬੇ ਕੀ ਕਰੂਗੀ ਉਥੇ ਬੇਬੇ ਦਾ ਵਿਚਾਰੀ ਬਿਮਾਰ ਹੋ ਰਹੀ ਆਪਾਂ ਨਾਲ ਉਥੇ ਹੁਣ ਇਹ ਬਿਮਾਰ ਹੋ ਕੇ ਜਾਊਗੀ ਤੂੰ ਹੀ ਆਪਾਂ ਦੋਵੇਂ ਵਗ ਜਾਾਂਗੇ ਮੇਰੀ ਗੱਲ ਸੁਣ ਲੈ ਮੇਰੇ ਜਾਇਵਨ ਉਸੇ ਕਿਵੇਂ ਸਰੂਗਾ ਹੁਣ ਤਾਂ ਨਾਲੇ ਮੈਂ ਠੀਕ ਆ ਮੈਨੂੰ ਕੁਛ ਨਹੀਂ ਹੋਇਆ ਦੇਖੋ ਉਹਦੀ ਮਾਂ ਆਪਣੇ ਹਫ਼ਤਾ ਕੰਮ ਕਰਕੇ ਗਈ ਜੀ ਤੇਰੇ ਵਿਆਹ ਨੂੰ ਹਫ਼ਤਾ ਪਹਿਲਾਂ ਆ ਗਈ ਜੀ ਹਫ਼ਤਾ ਪਿੱਛੋਂ ਗਈ ਥੀ ਭਾਈ ਮੈਥੋਂ ਮੂੰਹ ਨਹੀਂ ਲਕੋਇਆ ਜਾਂਦਾ ਮੈਂ ਤਾਂ ਅਗਲੇ ਜਾ ਕੇ ਉਹ ਮੇਰੇ ਮੈਂ ਕੰਮ ਕਰੂੰਗੀ ਇਹ ਮੈਂ ਅਗਲੀ ਮੇਰੇ ਕਰਕੇ ਗਈ ਆ ਪੁਰਾਣੀ ਰਿਹਾਜਾ ਆਪਣੇ ਉਹਨਾਂ ਨਾਲ ਅੱਜ ਦਿਨੀ ਹੈ ਵਰਤਦੇ ਹੋ ਆਪਣੇ ਨਾਲ ਬਹੁਤ ਸਾਲਾਂ ਦੇ ਵਰਤਦੇ ਨਹੀਂ ਉਹ ਫਿਰ ਜੇ ਵਰਤਦੇ ਨੇ ਤਾਂ ਜਾਵਾਂਗੇ ਅਸੀਂ ਦੋ ਜਣੇ ਤੂੰ ਤਾਂ ਹੁਣ ਬਿਮਾਰ ਹੋ ਰਹੀਆਂ ਦੇਖਾ ਉਲਟੀਆਂ ਕਰਕੇ ਨਾ ਪੂਰਾ ਹਾਲ ਕਰਕੇ ਦਿੰਦੇ ਨਹੀਂ ਮੈਂ ਤਾਂ ਹੁਣ ਠੀਕ ਹਾਂ ਹੁਣ ਮੈਨੂੰ ਕੁਝ ਨਹੀਂ ਹੋਇਆ ਲੈ ਬੇਬੇ ਤੂੰ ਰੈਸਟ ਕਰ ਲੈ ਰੈਸਟ ਆ ਕੀ ਲੈਣਾ ਭੋਗਤੇ ਜਾ ਕੇ ਨਹੀਂ ਮੈਂ ਤਾਂ ਹੁਣ ਠੀਕ ਹਾਂ ਮੈਨੂੰ ਰੈਸਟ ਨੂੰ ਕੀ ਹੋਇਆ ਦੱਸ ਹੈ ਉਲਟੀ ਆ ਗਈ ਬੱਦੇ ਢਿੱਡ ਮੇਰਾ ਹੌਲਾ ਹੋ ਗਿਆ ਹੁਣ ਤਾਂ ਮੈਂ ਠੀਕ ਹਾਂ ਹੁਣ ਮੈਨੂੰ ਕੋਈ ਘਟ ਨਹੀਂ ਹੈਗੀ ਕਿਸੇ ਗੱਲ ਦੀ ਤਾਂ ਤੈਨੂੰ ਕੇਰਾ ਕਹਤਾ ਮਾਂ ਮੇਰੀ ਏ ਤੂੰ ਐ ਫਿਰ ਐ ਕਰ ਲੈ ਹੁਣ ਇਹ ਤਾਂ ਸੁਣਦੀ ਨਹੀਂ ਕਿਸੇ ਦੀ ਇਹਨੂੰ ਕੇਰਾ ਕ ਪਰ ਐ ਕਰ ਲੈ ਦੋ ਦਿਨ ਆਪਾਂ ਵਗ ਜਾਗੇ ਇੱਕ ਦਿਨ ਤੂੰ ਵਗ ਜੀ ਭੋਗ ਵਾਲੇ ਦਿਨ ਆ ਮਰੀਏ ਭਾਈ ਮੈਂ ਤਾਂ ਤਿੰਨੇ ਦਿਨ ਜਾਉਂਗੀ ਮੇਰੀ ਤਾਂ ਉਹਦੀ ਮਾਂ ਨਾਲ ਬਲਾਈ ਪਰਾਣੀ ਲਿਹਾ ਜਾਏ ਮੇਰੀ ਗੱਲ ਸੁਣਾ ਬੇਬੇ ਚਲ ਜਾ ਤਾਂ ਬੜੀ ਪਰ ਧਿਆਨ ਰੱਖੀ ਆ ਆਪਦਾ ਤੂੰ ਉਥੇ ਕੀ ਗੱਲ ਧਿਆਨ ਕਿਉਂ ਨਾ ਤੇ ਘਰੇ ਮੇਲਾ ਲੱਗਿਆ ਵੀ ਮੈਂ ਉਹਦੇ ਚ ਰੋਲ ਜੂਗੀ ਤੁਸੀਂ ਮੈਨੂੰ ਜਮੀ ਪਾਗਰ ਸਮਝਣ ਲੱਗ ਰਹੇ ਹਾਂ ਆ ਦੋਰੀ ਝੋਡੇ ਵਾਲੀ ਨਹੀਂ ਬੇਬੇ ਰੋਲਦਾ ਨਹੀਂ ਕਿਹਾ ਐ ਕਿਹਾ ਵੀ ਘੱਟ ਖਾਈ ਮਨੇ ਸਬਰ ਨਾਲ ਖਾਈ ਲੈ ਕੀ ਗੱਲ ਐਜਾ ਮੈਂ ਕੀ ਖਾਨੀ ਆ ਖਾਂ ਜੀ ਤਾਂ ਮੈਂ ਥੋੜਾ ਹੀ ਆ ਉਹੀ ਕਹਦੇ ਵੱਡ ਘੱਟ ਵੀ ਖਾਦਾ ਜਾਂਦਾ ਦੇਖ ਕੇ ਕੀ ਗਾ ਸੁਣ ਲੈ ਉਥੇ ਕੱਲੀਆਂ ਜਲੇਬੀਆਂ ਬਣੀਆਂ ਸੀ ਇੱਥੇ ਤਾਂ ਪਕੌੜੇ ਜਲੇਬੀਆਂ ਸਾਰਾ ਕੁਝ ਬਣੂਗਾ ਹੋਰ ਲੈ ਦੇਖ ਲੈ ਨਹੀਂ ਫੇਰ ਕੀ ਹੋ ਗਿਆ ਮੈਂ ਰੋਟੀ ਰੋਕ ਘਟ ਖਾ ਲੂੰਗੀ ਤੈਨੂੰ ਪਤਾ ਹੀ ਹੈ ਮੈਂ ਗਲਾਬ ਜਾਮਣਾ ਤੇ ਆਹ ਰਸਗੁੱਲੇ ਰਾਹ ਪਕੌੜੇ ਤੋਂ ਵੱਧ ਖਾ ਲੂੰ ਇਹ ਨਹੀਂ ਹੜਦੀ ਇਹ ਨਹੀਂ ਮੰਦੀ ਕਿਸੇ ਦੀ ਨਾ ਸ਼ੂਗਰ ਤਾਂ ਤੈਨੂੰ ਹੋ ਰਿਹਾ ਹੈ ਮੈਂ ਹੋ ਜਾਂਦੇ ਸ਼ੂਗਰ ਦਵਾਈ ਲੈਣ ਨੂੰ ਸ਼ੂਗਰ ਦੀ ਗੋਲੀ ਲੈ ਲੂੰਗੀ ਫੇਰ ਕੀ ਹੋ ਜੂਗਾ ਨਾ ਉਦੋਂ ਕਾਤੋਂ ਕਹਿਣੀ ਹੁੰਦੀ ਹੈ ਮੇਰਾ ਸ਼ੂਗਰ ਵੱਧ ਗਿਆ ਸ਼ੂਗਰ ਵੱਧ ਗਿਆ ਉਹ ਤਾਂ ਮੱਜੇ ਦੇ ਵਿੱਚ ਘਾੜਾ ਮਾਰੀ ਜਾਣੀ ਹੁੰਦੀ ਹੈ ਬੇਗੁਰੀ ਮੇਰੀ ਗੱਲ ਸੁਣ ਲੈ ਅੱਜ ਕੀ ਵਾਰ ਮੈਂ ਪਹਿਲੀ ਦਵਾਈ ਲੈਣੂਗੀ ਤੂੰ ਮੈਨੂੰ ਕਿਸੇ ਜਾਣੇ ਨਹੀਂ ਦਿੰਦਾ ਤੂੰ ਤਾਂ ਹਰੇਕ ਥਾਂ 'ਵੇਂ ਆ ਹੀ ਕਰਦੀਆਂ ਹਰੇਕ ਥਾਂ 'ਵੇਂ ਮੈਨੂੰ ਮਖੌਲ ਕਰਦੇ ਨੇ ਮਖੌਲ ਜਿਹੜੇ ਸੇਵਾ ਕਰਦੇ ਨੇ ਲੰਗਰ ਵਰਤਾਉਂਦੇ ਨੇ ਉੱਥੇ ਕਹਿੰਦੇ ਨੇ ਉਹ ਬੈਠੇ ਮਗਰਮੱਛ ਆਈਏ ਕੋਸ ਉਹਨਾਂ ਦੇ ਕਰੇ ਕੀ ਮੱਛੀਆਂ ਨੇ ਵੀ ਮੈਂ ਮਗਰਮੱਛਾਂ ਮਗਰਮੱਛ ਤਾਂ ਉਹਨਾਂ ਦੀ ਬਿਨਾਂ ਮੈਥੋਂ ਦੁੱਗਣਾ ਖਾਂਦੀਆਂ ਨੇ ਗੱਲ ਕਰ ਪਤਲੀਆਂ ਨਹੀਂ ਪਤਾ ਨਹੀਂ ਲੱਗਦਾ ਵੀ ਇਹ ਖਾਂਦੀਆਂ ਨੇ ਕਿ ਨਾ ਖਾਂਦੀਆਂ ਨੇ ਖਾਂਦੀਆਂ ਨੇ ਹਾਂ ਨਹੀਂ ਮੰਦੀ ਆਪਣੀ ਇਹਨੇ ਨਹੀਂ ਮੰਨਣਾ ਤੂੰ ਕਿਤੇ ਤਾਂ ਓਏ ਤੈਨੂੰ ਸਮਝਾਉਣਾ ਦੀ ਕਿਤੇ ਅਸੀਂ ਤੈਨੂੰ ਸਮਝਾਉਣ ਲੱਗ ਰਿਹਾ ਮੇਰੀ ਗੱਲ ਸੁਣ ਬੇਬੇ ਤੇਰੇ ਭਲੇ ਲਈ ਆਣੇ ਆ ਸਾਨੂੰ ਤਾਂ ਕੀ ਆ ਰੋਜ਼ ਜਾਵੜਿਆ ਕਰ ਆ ਪਰ ਦੇਖ ਲੈ ਤੇਰਾ ਨਹੀਂ ਮੈਨੂੰ ਨਹੀਂ ਪਤਾ ਹੈਗਾ ਡਿਟਾ ਮੇਰਾ ਦਵਾਈਆਂ ਨਾਲ ਵਧਿਆ ਹੋਇਆ ਕਿ ਖਾਣ ਨਾਲ ਵਧਿਆ ਹੋਇਆ ਇੰਨਾ ਕਿ ਮੇਰੇ ਲਈ ਤਾਂ ਜਗ ਤੋਂ ਜ਼ਿਆਦੇ ਖਾਣੀਆਂ ਓਏ ਉਹਨਾਂ ਦਾ ਘਰ ਆ ਜਿਹੜਾ ਖੇਤ ਆ ਖੇਤ ਚ ਤੈਨੂੰ ਮੈਂ ਦੱਸਾਂ ਜੇ ਜ਼ਿਆਦੇ ਖਾ ਗਈ ਠੀਕ ਆ ਇਨੂੰ ਚੱਕ ਕੇ ਕਿਵੇਂ ਲਿਆਵਾਂਗੇ ਮੈਨੂੰ ਐਂ ਤਾਂ ਦੱਸ ਦੇ ਨਾਲੇ ਤੂੰ ਅਗਲੇ ਦਾ ਭੋਗ ਖਰਾਬ ਕਰੇਂਗੀ ਵੇ ਮੈਂ ਕੁਛ ਨਹੀਂ ਕਹਿੰਦੀ ਮੈਂ ਤਾਂ ਤੁਰ ਕੇ ਆ ਜੂੰਗੀ ਜਿੰਨਾ ਮਰਜ਼ੀ ਖਾ ਲਾਂ ਨਾ ਤੁਰੀ ਆਂਦੇ ਮੇਰੇ ਹਾਜਮ ਆ ਜਾਊਗਾ ਤੈਨੂੰ ਮੈਂ ਜਮਾ ਨਹੀਂ ਕਹਿੰਦੀ ਮੈਂ ਤੂੰ ਮੈਨੂੰ ਲੈ ਕੇ ਆ ਬੇਬੇ ਤੁਰਿਆ ਨਹੀਂ ਆਂਦਾ ਫਿਰ ਤੇਰੇ ਤੋਂ ਨਾਲੇ ਮਖੌਲ ਕਰਦੀਆਂ ਨੇ ਤੀਵੇਂ ਤੈਨੂੰ ਕਿਹਨੂੰ ਪੁੱਛ ਕੀ ਕੁਛ ਕਹਿੰਦੀ ਨਹੀਂ ਇਹਨੂੰ ਪੁੱਛ ਕੀ ਕੁਛ ਕਹਿੰਦੀ ਐ ਨਾ ਮਖੌਲ ਕਰਦੀਆਂ ਨੇ ਮਖੌਲ ਆ ਤੇਰੇ ਜਵਾਬ ਨਹੀਂ ਦੇ ਸਕਦੀ ਅਗਲੇ ਨੂੰ ਸੁਣ ਕੇ ਆ ਜਾਂਦੀ ਅਗਲੇ ਤੋਂ ਮੈਂ ਕੀ ਜਵਾਬ ਦੇਣਾ ਅਗਲੇ ਨੂੰ ਕੀ ਜਵਾਬ ਉਹ ਕੀ ਖਾਂਦੀਆਂ ਨਹੀਂ ਉਹਨਾਂ ਦੇ ਜੀ ਮੂੰਹ ਪੱਟੀ ਲੱਗੀ ਹੋ ਇਹ ਬੇਬੇ ਖਾਂਦੀਆਂ ਨੇ ਪਰ ਪਤਾ ਨਹੀਂ ਲੱਗਣ ਦਿੰਦੀਆਂ ਤੂੰ ਤਾਂ ਖਾ ਕੇ ਮੁੜ ਕੇ ਦਿੱਤਾ ਸਾਹ ਨਹੀਂ ਆਉਂਦਾ ਨਾ ਤੁਰਿਆ ਜਾਂਦਾ ਤੇਰੇ ਤੋਂ ਉੱਥੇ ਐਨਾ ਐਨਾ ਕੜਾ ਖਾਂਦੀਆਂ ਨੇ ਉਹ ਜਿਹੜੇ ਮੈਨੂੰ ਕਹਿੰਦੀਆਂ ਨੇ ਮੈਂ ਤਾਂ ਦੇ ਕੇ ਖਾਂਦੀਆਂ ਕੱਲੀ ਗੁਰਦੁਆਰੇ ਦੀ ਉਹੀ ਰੱਬ ਨੇ ਮੋਟੀ ਬਣਾ ਰੱਖੀ ਆ ਮੇਰੇ ਕੀ ਸਾਰੇ ਦੀ ਗੱਲ ਐ ਜਾਈ ਜਾਈ ਕੁਝ ਨਹੀਂ ਆਂਦੇ ਅਸੀਂ ਤਾਂ ਪਰ ਸਵਾਰ ਰੱਖੀ ਮੜਾ ਜਾ ਉਹ ਪਰਾਂ ਭਗ ਜਾਂਦੇ ਯਾਰ ਧੱਕੇ ਖਾਂਦੇ ਠੀਕ ਐ ਜਿੱਦੇ ਪਿਆ ਪਟਾਕਾ ਫੇਰ ਪਤਾ ਲੱਗੂਗਾ ਇਹਦਾ ਆ ਮੇਰੀ ਗੱਲ ਸੁਣ ਤੂੰ ਸਾਰੇ ਕੰਮ ਜਾਇਓ ਜੇ ਪਟਾਕਾ ਵਾਜੇ ਸਿਆਪਾ ਹੀ ਮੁੱਕ ਜਾ ਪਰ ਰੋਜ਼ ਰੋਜ਼ ਦਾ ਨਾਲ ਮੈਂ ਭੋਗਾਂ ਦੇ ਜਾਣੂ ਹਟ ਜਾ ਨਾਲ ਤੂੰ ਦਵਾਈ ਦ ਪਉਗਾ ਭੜਾਕਾ ਦਾ ਇੱਕ ਦਿਨ ਅੱਜ ਨਹੀਂ ਪਉ ਤਾਂ ਕੱਲ ਨੂੰ ਪਉ ਜਿਹੜੇ ਸਾਫ ਨਾਲ ਤੂੰ ਖਾਨੀਆਂ ਜਾੜਾ ਕਰਦੀਆਂ ਅਗਲੇ ਦਾ ਚਲੋ ਬੇਬੇ ਨੇ ਨਹੀਂ ਮੰਨਣਾ ਤੁਸੀਂ ਜਾਇਓ ਕੰਮ ਜਾਇਓ ਵੇਖ ਲੋ ਆਥਨ ਹੋਈ ਜਾਂਦਾ ਹੈਗਾ ਸਾਰੇ ਜਣੇ ਉੱਠ ਜਾਂਦੇ ਨੇ ਲੈਂਨ ਚੋਂ ਸਾਰੇ ਜਣੇ ਭੋਗ ਤੇ ਜਦੋਂ ਕੋਈ ਲੈਂਨ ਲੱਗਦੀ ਹੈ ਨਾ ਪੰਕਤ ਦੀ ਵੀ ਹਾਂ ਲੰਗਰ ਛਕ ਲੋ ਸਾਰੇ ਖਾ ਖਾ ਉੱਠ ਭੱਜ ਜਾਂਦੇ ਨੇ ਬੰਦੇ ਵੀ ਬੁੜੀਆਂ ਵੀ ਤੀਵੇਂ ਵੀ ਇਹੀ ਬੈਠੀ ਰਹਿੰਦੀ ਐ ਤਾਂ ਤੋਂ ਬੇਇੱਜ਼ਤੀ ਕਰਾਉਂਦੀ ਐ ਮੇਰੀ ਚਲੋ ਕੋਈ ਨਾ ਤੁਸੀਂ ਟੈਨਸ਼ਨ ਦਾ ਕੰਮ ਜਾਇਓ ਤੁਸੀਂ ਆ ਜਾ ਬੇਬੇ ਤੂੰ ਵੀ ਅੰਦਰ ਆ ਜਾ ਆ ਜਾ ਨਹੀਂ ਚਲ ਹਾਂ ਬੋਲੀ ਜਾਣ ਦੇ ਸਹੀ ਬੋ ਫੋਗਾ ਦਾ ਨੂਕਾ ਹੋਰ ਵੀ ਆ ਗਿਆ ਖਾ ਖਾ ਕੇ ਕੱਢਦੀ ਰੜਕਾਂ ਇਹਨਾਂ ਦਾ ਕੀ ਹੈ ਭੌਂਕੀ ਜਾਂਦੇ ਦਵਾਈ ਦਾ ਆਪੇ ਦਵਾਉਣਗੇ ਜੋ ਸਾਰਾ ਕੁਝ ਇਹਨਾਂ ਦੇ ਨੌਂਲ ਬਾਰਕਿਆ ਹੈ ਦਵਾਈ ਕਿਵੇਂ ਨਾ ਦਵਾਉਣਾ ਇਹਨਾਂ ਦਾ ਕੀ ਜਾਂਦਾ ਹੈ ਕਹਿਣ ਵਾਲਿਆਂ ਦਾ ਬਣਾ ਲੈ ਹੁਣ ਕਦਾ ਕਰ ਕਿਹੜਾ ਟਾਈਮ ਹੋ ਗਿਆ ਮੇਰੇ ਤਾਂ ਕਾਜਾ ਨਿਕਲਣ ਵਾਲਾ ਹੋ ਰਿਹਾ ਭੁੱਖ ਦੀ ਮਾਰ ਨਾਲੇ ਐ ਕਰੀ ਆਲੂ ਦਾ ਇੱਕ ਅੱਧਾ ਪਾ ਲਈ ਪਨੀਰ ਪਨੂਰ ਵੱਧ ਪਾ ਲਈ ਕਹਿੰਦਾ ਨਾਲ ਮਟਰ ਪਾ ਲਈ ਥੋੜੇ ਜੇ ਹੋ ਫੇਰ ਦਾਲ ਵਧੀਆ ਬਣਦੀ ਹੈ ਨਹੀਂ ਮੇਰੀ ਗੱਲ ਸੁਣ ਅਸੀਂ ਪਨੀਰ ਵੱਧ ਪਾ ਗਏ ਪੰਦੀ ਆਲੂ ਵੱਧ ਪਾ ਗਏ ਤੂੰ ਘੜਾ ਖਾਣਾ ਤੈਨੂੰ ਤਾਂ ਦਲੀਆ ਬਣਾ ਕੇ ਦੇਣਾ ਮੈਂ ਮੈਂ ਹੀ ਨਹੀਂ ਰਲੇ ਦੂਲੇ ਖਾਂਦੀ ਮੇਰੇ ਇੰਨ ਦਲਗੇ ਦੂਲੇ ਨਾਗਰਾ ਬੇਬੇ ਟੀਕੇ ਲਵਾ ਕੇ ਛੱਟਿਆ ਆ ਕੱਲ ਏਡਾ ਅਡਾਪਟਡ ਹੋਇਆ ਪਿਆ ਸੀ ਫਰੈਂਡ ਨਾ 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 ਰਾਤ ਨੂੰ ਦੇਖ ਪਨੀਰ ਲੈ ਆ ਟਿਗੁਰੀ ਉਹ ਬਾਲੀ ਵਿੱਚ ਮੈਂ ਤਾਂ ਉਹੀ ਖਾਉਂਗੀ ਮੈਨੂੰ ਨਹੀਂ ਚੰਗੀ ਲੱਗਦੀ ਐ ਦਲੀਆਂ ਦੂਲਗੇ ਬਿਮਾਰਾਂ ਦਾ ਖਾਈਆ ਹੁਣ ਮੈਂ ਤਾਂ ਦਰ ਰਸਤਾ ਕੋਈ ਔਖੀ ਨਹੀਂ ਮੈਂ ਹੁੰਦੀ ਹੈਗੀ ਤੂੰ ਮੰਨਦੀ ਨਹੀਂ ਹੈਗੀ ਫਿਰ ਨਹੀਂ ਮੈਂ ਮੰਨਦੀ ਮੈਨੂੰ ਚੰਗਾ ਨਹੀਂ ਲੱਗਦਾ ਹੈ ਜਿਹਾ ਕੋਸ ਅੱਗ ਮਰਿਆੜ ਮੈਂ ਤਾਂ ਰੋਟੀ ਸਬਜ਼ੀ ਖਾ ਮੈਂ ਉਹਨਾਂ ਨੂੰ ਕਹਿ ਕੇ ਦਲੀਆ ਮੰਗਾਇਆ ਤੇਰੇ ਵਾਸਤੇ। ਉਹੀ ਖਾਲੂਗਾ ਦਲੀਆ? ਨਹੀਂ ਖਾਲੀ ਤੂੰ। ਨਾਲੇ ਹੁਣ ਮੈਂ ਤਾਂ ਅੰਦਰ ਰੋਸਤਾ। ਬਿਮਾਰ ਤਾਂ ਮੈਂ ਪਹਿਲਾਂ ਥੀ। ਹੁਣ ਤਾਂ ਮੈਨੂੰ ਰੋਟੀ-ਰੋਟੀ ਰੱਜ ਕੇ ਖਾਣ ਦੇ ਡਿਆ ਕਰ। ਹਾਂ। ਬਿਮਾਰ ਬਿਮਾਰ ਸਰ ਨੇ ਮੇਰੀ ਯਾਦ ਕਰਾਈ ਜਾਨੀ ਤੂੰ। ਉਹ ਕੀ ਹੋ ਗਿਆ? ਕਿਉਂ ਖੌਰੂ ਪਾਇਆ? ਔਰੇ ਬੈਠੀਆਂ ਆਪਸ ਵਿੱਚ ਲੜੀ ਜਾਣਗੀਆਂ ਪਤਾ ਨਹੀਂ ਕੀ ਹੋ ਰਿਹਾ। 2 ਮਿੰਟ ਨਹੀਂ ਬੈਠ ਸਕਦੀਆਂ। ਉਧਰ ਢੰਗਰਾਂ ਵਾਲੇ ਬੱਸ ਕਿਡਾ ਮਾਰਿਆ ਕਰ ਮਾਂ ਮੇਰੀਏ। ਕੀ ਹੋ ਗਿਆ ਉਥੇ? ਉਹ ਮੈਂ ਸੁਭੀ ਉਥੇ। ਆਹੋ। ਹੋਰ ਵਕੀਲ ਆਈ ਐ। ਕਟਾ। ਬੱਟਾ ਬੀ ਸ਼ੋਕਰਾ ਵੀ ਗੁਰੀ ਚਾਰ ਦਿਨ ਹੁਣ ਬੌਲੀ ਤਾਂ ਖਾ ਲਾਂਗੇ ਜੇ ਇਹਨੂੰ ਖਾਵੇ ਖੜ ਕੇ ਹਾਂ ਦੁੱਧੋ ਹੋ ਗਿਆ ਘਰੇ ਨਾਲੇ ਮੈਂ ਤਾਂ ਛੋਟੀ ਹੁੰਦੀ ਬਲਾਈ ਬੌਲੀ ਖਾਂਦੀ ਹੁੰਦੀ ਸੀ ਮੇਰਾ ਸਿਰ ਦੁਖਦਾ ਸੀ ਸਿਰ ਦੁਖਣੋਂ हट ਗਿਆ ਬੌਲੀ ਨਾਲ ਮੈਨੂੰ ਤਾਂ ਤੜਕੇ ਨਿਰਨੇ ਕਾ ਗਏ ਭਈ ਇੱਕ ਕੌਲਾ ਦੇ ਦਿਆ ਕਰੋ ਚਾਰ ਦਿਨ ਬੌਲੀ ਬਣੀ ਚਾਹੀ ਪੰਜ ਦਿਨ ਬਣੀ ਮੇਰੇ ਗਾਲਾਂ ਸੰ ਬੇਬੇ ਤੂੰ ਸਵਰ ਕਰ ਲਿਆ ਕਰ ਤੂੰ ਹੋਰ ਗੱਲ ਕਰ ਲਿਆ ਕਰ ਤੇਰੇ ਕੋਲ ਖਾਂਦੀ ਹੀ ਗੱਲਾਂ ਸਾਰਾ ਦਿਨ ਲੈ ਪਹਿਲਾ ਇਹ ਕੀ ਗੱਲ ਹੈ ਖਾਣ ਦੀ ਹੈ ਘਰੇ ਮਸਾਂ ਦਾ ਦੁੱਧ ਹੋਇਆ ਮਸਾਂ ਘਰੇ ਖਾਣ ਨੂੰ ਹੋਇਆ ਹਲੇ ਕਹਿੰਦੂ ਖਾਣ ਦੀਆਂ ਗੱਲਾਂ ਨਾ ਕਰਿਆ ਕਰ ਮੇਰੇ ਤਾਂ ਬਜਾਰੂ ਚੀਜ਼ਾਂ ਨਾਲ ਕਿ ਡਾਫਰ ਜਾਂਦਾ ਹੈ ਘਰ ਦੀ ਚੀਜ਼ ਖਾ ਕੇ ਤਾਂ ਮੇਰੇ ਹਾਜਮ ਆ ਹੀ ਜਾਂਦੀ ਹੈ ਕਮਾਲ ਦੀ ਗੱਲ ਹੈ ਮਿੰਟ ਚ ਬੌਲੀ ਵੀ ਬਣ ਗਈ ਮਿੰਟ ਚ ਤਾਂ ਖਾ ਵੀ ਲਈ ਮਿੰਟ ਚ ਤੇਰੇ ਹਾਜਮ ਵੀ ਹੋ ਗਈ ਪਹਿਲਾਂ ਨੂੰ ਕੱਟੇ ਦਾ ਕੋਈ ਗੁੜ ਘੜ ਦੇ ਦੋ ਵੇ ਤੁਸੀਂ ਜਿਹਾ ਮੈਥੋਂ ਕਿਹੜਾ ਤੋਰਿਆ ਹੋ ਹੋੜੀ ਉਹਨੂੰ ਗੁੜ ਦੇ ਕੇ ਆਈਏ ਆ ਮੈਂ ਛੇ ਲਲੂਗੀ ਜਾ ਭਾਗ ਜਾਓ ਦੀ ਰਖਾਉਂਗੀ ਗਲਿਆ ਨਹੀਂ ਖਾਂਦੀ। ਨੀ। ਸਮਾਰ ਕੇ ਦੁੱਧ ਦਾ ਚੰਗਾ ਦਿਓ ਕੱਟੇ ਨੂੰ। ਕਿਤੇ ਭੁੱਖਾ ਹੀ ਨਾ ਮਾਰ ਦਿਓ। ਵਾਹੇ ਐ ਕਰਿਓ। ਵੀ ਮੇਰੀ ਗੱਲ ਸੁਣ ਲੈ। ਹਾਂ। ਹੁਣ ਤਾਂ ਦੁੱਧ ਚੰਗਾ ਦੀ ਕੱਟੇ ਨੂੰ ਆਥਣੇ ਦਾ ਘੱਟ ਚੰਗਾਈ। ਆਥਣੇ ਦਾ ਪਾ ਬੌਲੀ ਬਣਾਵਾਂਗੇ। ਕੱਟਾ ਕਿਹੜਾ ਬੋਲ ਕੇ ਦੱਸੂ ਵੀ ਮੈਨੂੰ ਕਿੰਨਾ ਕ ਚੰਗਾਇਆ ਏ। ਕਮਾਲ ਹੋ ਗਈ ਜਮੀ। ਜੇ ਬੇਜਵਾਨ ਐ ਕਰੇਗੀ। ਅਬ ਫੇਰ ਹੋਰ ਹੁਣ ਮੈਂ ਵੀ ਤਾਂ ਖਾਣੀ ਆ ਬੌਲੀ। ਚੰਗਾ ਲੰਗੇ ਚੰਗਾ। ਹਾਂ। ਮੇਰਾ ਪੂਰਾ ਕੱਟੇ ਨੂੰ ਤੇ ਸਾਰੇ ਚੰਗਾ ਕੇ ਵਰਾ ਹੋਵੇਂਗਾ। ਤੈਨੂੰ ਪਤਾ ਨਹੀਂ ਸੁਤਾਨੀ ਜੇ ਮੈਂ ਤਾਰ ਕੱਢਣ ਜੋ ਕਰਿਓ ਹਵ ਆफी ਅੱਦਾ ਆफी ਚੁੰਗ ਜਾਂ ਅੱਗੇ ਬੁੜੀਆਂ ਹੀ ਚੁੰਗ ਜਾਂਦੀਆਂ ᱛੀਆਂ ਹਾਂ ਤਾਂ ਹੀ ਲੰਗਾਂ ਜੇ ਪਈਆਂ ᱛੀਆਂ ਹੁਣ ਤੱਕ ਸਰੀਰ ਕੰਮ ਕਰਦੇ ਨੇ ਜੇ ਦੁੱਧ ਚੁੰਗਦੀਆਂ ᱛੀਆਂ ਮੱਜਾਂ ਦੇ ਚੋਨੀਆਂ ਜੋਨੀਆਂ ਜੁੰਗਲਾਂ ਦੀਆਂ ਜੀ ਮੱਜਾਂ ਆ ਜਾ ਬੱਜਾ ਇੱਕ ਤਾਂ ਪਤਾ ਨਹੀਂ ਆਹ ਕੌਣ ਖੜਾ ਜਾਂਦਾ ਰੈਗੜੀ ਰਾ ਕੌਣ ਨਹੀਂ ਜਦੋਂ ਮੈਸਾਂ ਲੈ ਕੇ ਆਉਣੇ ਉਹ ਨਾਲ ਕੇ ਸਰਕੇ ਤੁਰਦੀ ਨੇ ਫਿਰ ਕਹਿੰਦੇ ਨੇ ਸਾਡੀਆਂ ਗਟੀਆਂ ਖਰਾਬ ਕਰਤੀਆਂ ਤੁਸੀਂ ਕਿਹੋ ਉਹ ਦੱਸ ਕੇ ਲਕਾਇ ਲਿਆ ਮਾਂ ਪਾਈ ਉੱਥੇ ਲਾ ਲਿਆ ਕਰ ਗੁੱਲੀ ਵਿੱਚ ਆਂਦੇ ਨਹੀਂ ਕਰਦੇ ਨਹੀਂ ਮੇਰੀ ਗੱਲ ਸੁਣਿਓ ਹਾਂ ਮੈਨੂੰ ਜਦੋਂ ਵਿਆਹੀ ਵਿਆਹੀ ਆਈ ਸੀ ਵੀ ਨੂੰ ਆਇਆ ਲੱਗਦਾ ਸੀ ਬੇਬੇ ਬੜੇ ਤੰਦਰੁਸਤ ਸੌ ਸਾਲ ਜੀਊਗੀ ਪਰ ਹੁਣ ਤਾਂ ਕਿਉਂ ਹੁਣ ਕੀ ਹੋ ਗਿਆ ਹੁਣ ਕਦੋਂ ਲੱਗਦਾ ਤੈਨੂੰ ਵੀ 100 ਸਾਲ ਜੀਊਗੀ ਜਿੰਨਾ ਆਪਾਂ ਸਾਰੇ ਸਾਲ ਦੇ ਵਿਆਹਾਂ ਚ ਖਾਣੇ ਨਾ ਬੇਬੇ ਇੱਕ ਵਿਆਹ ਚ ਖਾ ਜਾਂਦੀ ਐ ਇੰਨਾ ਖਾ ਕੇ ਕਿੱਥੇ ਰੱਖੂਗੀ ਮਰੂਗੀ ਹੋਰ ਕੀ ਕਰੂਗੀ ਉਹ ਕੀ ਕਰੀਏ ਹੁਣ ਇਹਨੂੰ ਸਮਝਾ ਸਮਝਾ ਦੇਖ ਜ਼ੋਰ ਮਾਰ ਲਿਆ ਤੂੰ ਤੈਨੇ ਸਮਝਾ ਲਈ ਮੈਂ ਸਮਝਾ ਲਈ ਹੁਣ ਕੀ ਕਰੀਏ ਮੂੰਹ ਰੈਦੀ ਖੁੰਦੀ ਆ ਕਸਰਾ ਮੈਂ ਇਸ ਆ ਝੂਪੀ ਉਧਰੋਂ ਪਰਸੋਂ ਨੂੰ ਭੋਗ ਹੈ ਦੱਸ ਕੀ ਕਰੀਏ ਹੁਣ ਤੂੰ ਦੇਖੀ ਲਾਜ਼ਮੀ ਉਹਨਾਂ ਦੇ ਭੋਗ ਤਾਂ ਚੱਕ ਕੇ ਲੈ ਆਉਣੀ ਪਊ ਉਧਰ ਤੈਨੇ ਆ ਬੌਲੀ ਖਾਣੋਂ ਨਹੀਂ ਹਟਣਾ ਹਾਂ ਉਧਰੋਂ ਭੋਗ ਤੇ ਗਲਾਬਜਾਮਾ ਨਾਲ ਨੇੜੀਆਂ ਠਾਲੂਗੀ ਤੁਸੀਂ ਟੈਨਸ਼ਨ ਨਹੀਂ ਲਓ ਭੋਗ ਚ ਮੈਂ ਬੇਬੇ ਦੇ ਨਾਲ ਨਾਲ ਰਹੂੰਗੀ ਕੁਝ ਨਹੀਂ ਖਾਣ ਦਿੰਦੀ ਬੇਬੇ ਨੂੰ ਮੈਂ ਔਰ ਇਹ ਤਾਂ ਮਿੰਟ ਮਾਰਦੀ ਐ ਕੰਨ ਜਾ ਬਚਾ ਕੇ ਉਹਦੀ ਖੱਚ ਦੇ ਨੇ ਵਗ ਜਾਂਦੀ ਐ ਹੀ ਪਤਾ ਲੱਗਦਾ ਜਿਹੜੇ ਡੋਲੂ ਭਰ ਕੇ ਲੈ ਆਉਂਦੀ ਉੱਥੋਂ ਕਦੇ ਲਫਾ ਫੱਕਦੇ ਡੋਲੂ ਉਹ ਅੱਡ ਮੇਰੀ ਗੱਲ ਸੁਣਿਓ ਆਪਣੇ ਘਰੇ ਰੱਬ ਦਿੱਤਾ ਸਾਰਾ ਕੁਝ ਆ ਬੇਬੇ ਐ ਕਿਉਂ ਕਰਦੀ ਆ ਉਹ ਹੋਰ ਪਤਾ ਨਹੀਂ ਦੁਖੀ ਕਰਖਿਆ ਪਤਾ ਤੇ ਹੋਰ ਸਾਰਾ ਕੁਸ ਇਹਨੂੰ ਕਹਿ ਵੀ ਘਰੇ ਮਗਾ ਕੇ ਖਾ ਲਿਆ ਕਰ ਨਾਲ ਔਖੀ ਹੁੰਦੀ ਐ ਕਿਵੇਂ ਮੇਲਦੀ ਆਉਂਦੀ ਹੁੰਦੀ ਐ ਕਿਵੇਂ ਮੇਲਦੀ ਪਰਸੋਂ ਦੇ ਕਿਵੇਂ ਮੇਲਦੀ ਦੀ ਤੇ ਹੋਰ ਹੈ ਕਿਹੜਾ ਮੰਨ ਜੀਏ ਕਿਸੇ ਦੀ ਮੈਨੂੰ ਤਾਂ ਲੱਗਦਾ ਬੇਬੇ ਦੇ ਢੇਡ ਚ ਕੀੜੇ ਆ ਕੀੜੇ ਵੀ ਕਿਹੜੇ ਆ ਸੱਪਾਂ ਜਿੱਡ ਜਿੱਡ ਕੀੜੇ ਆ ਜੋਕਾਂ ਨੇ ਜੋਕਾਂ ਕੀੜੇ ਕਹਣ ਹੁਣ ਜੋਕਾਂ ਢੜੀਆਂ ਜੋਕਾਂ ਤੇ ਹੋਰ ਚਲ ਆ ਜਾ ਛੱਡ ਪਰਾਂ ਹੁਣ ਕੀ ਮਗਜ ਖਪਾਈ ਕਰਾਂਗੇ ਕਿਸੇ ਨਾਲ ਆਪਾਂ ਮੈਂ ਹਸਦਾ ਸਾਮੀ ਐ ਤੇ ਹੋਰ ਆ ਜਾ ਖੋਲੋ ਗੇਟ ਮੈਂ ਕਿਹਾ ਉਹਨਾਂ ਨੇ ਕਿੰਨਾ ਸੋਹਣਾ ਪ੍ਰੋਗਰਾਮ ਕੀਤਾ ਦੇਖ ਲੈ ਸਾਰੇ ਤਰ੍ਹਾਂ ਦੀਆਂ ਮਿਠਾਈਆਂ ਸਾਰਾ ਤਰ੍ਹਾਂ ਦੇ ਪਕੌੜੀ ਸੀ ਦੇਖ ਲੈ ਲਾਹੌਰ ਹੁਣ ਹਾਂ ਵਿਆਹ ਵਾਲਾ ਪ੍ਰੋਗਰਾਮ ਦੀ ਸਾਰਾ ਜਿਵੇਂ ਮਿਠਾਈ ਵਿਆਹ ਚ ਹੁੰਦੀ ਆ ਉਹੀ ਸੇਮ ਸਾਰਾ ਉਹੀ ਪ੍ਰੋਗਰਾਮ ਸੀ ਬਾਕੀ ਕੱਪੜੇ ਲੀਡਾਂ ਤੋਂ ਲੈ ਕੇ ਸਾਰੇ ਰਿਸ਼ਤੇਦਾਰ ਆਉਂਦੇ ਕਿੰਨੇ ਵਧੀਆ ਵਧੀਆ ਕੱਪੜੇ ਇੱਥੇ ਨੇ ਹੈ ਸਾਰਾ ਕੁਝ ਸੁਣਦਾ ਪਤੀਆਂ ਨਾਲੇ ਤੀ ਮੈਨੂੰ ਨਾਲ ਦੇਖ ਲੈ ਦੂਰੋਂ ਦੂਰੋਂ ਰਿਸ਼ਤੇਦਾਰ ਬੁਲਾਏ ਉਹਨਾਂ ਨੇ ਲਾਹੌਰ ਹੂੰ ਬੇਬੇ ਬੇਬੇ ਨੂੰ ਨਾਲ ਹੀ ਲਿਆਉਂਦੀ ਹੁਣ ਉੱਥੇ ਕੀ ਕਰ ਰਹੀ ਆ ਉਹ ਬੇਬੇ ਤਾਂ ਪੇਕੇ ਰਿਸ਼ਤੇਦਾਰ ਆਈ ਸੀਗੀ ਉਹਨਾਂ ਕੋਲ ਫਿਰ ਮੈਂ ਕਿਹਾ ਚਲ ਕਿਉਂ ਠੋਣੀ ਕਹਿੰਦੀ ਮੈਂ ਫੇਰ ਆ ਜੂਗੀ ਆਪੇ ਹੀ ਮੈਂ ਕਿਹਾ ਆਪੇ ਆ ਜੂਗੀ ਚਲ ਆਜੂ ਉਹਨਾਂ ਨਾਲ ਗੱਲਾਂ ਕਰਦੀ ਕਰਦੀ ਆ ਜੂ ਹਾਂ ਨਾਲ ਉਹ ਵੀ ਠੀਕ ਸੀਗੀ ਮੈਂ ਕਿਹਾ ਚਲ ਬੈਠੀ ਰਹਿੰਦੇ ਫੇਰ ਕੀ ਹੁੰਦਾ ਚਲ ਉਹਨਾਂ ਨਾਲ ਆਜੂ ਬੁੜੀਆਂ ਠੇਰੀਆਂ ਨਾਲ ਗੱਲਾਂ ਕਰਦੀ ਆ ਜੂ ਚਾਹ ਬਣਾਵਾਂ ਤੁਹਾਡੇ ਵਾਸਤੇ ਪਹਿਲਾਂ ਪਾਣੀ ਲਿਆ ਦੇ ਗਲਾਸ ਚਾ ਠੀਕ ਹੈ ਨਾਲੇ ਚਾਹ ਵੀ ਤਰਿਆਈ ਹੁਣ ਹਾਂ ਹਾਂ ਠੀਕ ਹੈ ਠੀਕ ਹੈ ਹੂੰ ਕੀਨੇ ਯਾਦ ਕਰ ਲਿਆ ਗੁਰਪ੍ਰੀਤ ਦਾ ਫੋਨ ਕਿਵੇਂ ਆ ਗਿਆ ਮੈਂ ਕਿੱਥੋਂ ਕਰ ਲੈ ਹੈਲੋ ਹੈਲੋ ਹਾਂ ਗੁਰਪ੍ਰੀਤ ਕੀ ਹਾਲ ਹੈ ਬਾਈ ਵਧੀਆ ਵਧੀਆ ਮੈਂ ਕਰਿਆ ਗਿਆ ਬਾਈ ਹੁਣੇ ਗਿਆ ਤੇਰੇ ਲੱਗੋ ਇੱਥੋਂ ਤਾਂ ਗਿਆ ਤੇਰੇ ਲੱਗੋ ਤਾਂ ਉਹ ਬਾਈ ਯਾਰ ਐ ਕਹਿਣਾ ਦੀ ਮੈਂ ਉਹ ਯਾਰ ਬੁੜੀ ਜਿਹੀ ਨਹੀਂ ਲੱਗਦੀ ਸੋ ਡਰਿੰਗ ਯਾਰ ਚੱਕੇ ਉਹ ਉਲਟੀਆਂ ਲੱਗ ਰਹੀਆਂ ਕਰਨ ਇੱਥੇ ਬੇਇੱਜ਼ਤੀ ਕਰਾਰ ਕੇ ਰਿਹਾ ਰੰਜ ਇਹ ਕਿਉਂ ਕੀ ਹੋ ਗਿਆ ਬਾਈ ਉਹ ਬਾਈ ਖਾ ਲਾਂਦੀ ਆ ਯਾਰ ਜਾਦੇ ਖਾਣਾ ਹਟਦੀ ਨਹੀਂ ਗੀ ਇਹ ਤਾਂ ਜਦੋਂ ਬਾਰ-ਬਾਰ ਖਾਈ ਵੀ ਜੀ ਨਾ ਲੋਕ ਵੀਡੀਓ ਬਣਾ ਰਹੇ ਤੇਗੇ ਯਾ ਪਹਿਲੀ ਪਲੇਟ ਆ ਦੂਜੀ ਪਲੇਟ ਆ ਆਉਂ ਕੇ ਰੈ ਗਈ ਹੁਣ ਯਾਰ ਉਹਦੇ ਹਾਜਮ ਆਉਂਦਾ ਨਹੀਂਗਾ ਉਲਟੀਆਂ ਤੇ ਉਲਟੀਆਂ ਸਾਰੇ ਗੰਦ ਪਾਰ ਗਿਆ ਸਾਰੀ ਪਸਰ ਦਾ ਕਰੇ ਕਤਰੇ ਤੇ ਪਾਣੀ ਪੈ ਗਿਆ ਯਾਰ ਬੇਚੀ ਵਾਲੀ ਗੱਲ ਹੋ ਰਹੀ ਆ ਕੋਈ ਨਾ ਲੱਲਿਆ ਜਨੇ ਬਾਈ ਫਿਰ ਬਾਈ ਫਿਰ ਤੁਸੀਂ ਛੱਡੇ ਜਾਂਦੇ ਯਾਰ ਆਪਾਂ ਉਹ ਯਾਰ ਬਾਈ ਹੁਣ ਕੱਤੀ ਅਸੀਂ ਪ੍ਰੋਗਰਾਮ ਦੇਖੀ ਗਏ ਯਾਰ ਛੱਡ ਕੇ ਜਾਈਏ ਨਾਲ ਕਿੱਥੇ ਜੋ ਗੱਡੀ-ਗੱਡੀ ਚ ਲੈ ਕੇ ਜਾ ਮੋਟਰਸਾਈਕਲ ਤੇ ਲੈ ਜਾਣਾ ਬਾਈ ਮੋਟਰਸਾਈਕਲ ਤੇ ਬਾਈ ਕਿਵੇਂ ਲੱਜਾਏਗਾ ਤਾਂ ਗਰੀ ਭਈਆ ਅੱਛਾ ਹੋਰ ਬਈ ਦਾ ਬਾਲਾ ਬਰਾ ਹਾਲ ਹੋ ਰਿਹਾ ਉਹਦਾ ਕੋਈ ਨਾ ਬਾਈ ਫਿਰ ਲੈ ਜਾ ਜਨੇ ਬਾਈ ਫਿਰ ਐ ਕਰ ਲਓ ਕਰ ਹੀ ਰੱਖੇ ਕਰੋ ਯਾਰ ਕਿਸੇ ਦੇ ਪ੍ਰੋਗਰਾਮ ਦੇ ਭੇਜਣ ਨਾਲੋਂ ਪਹਿਲਾਂ ਤੁਸੀਂ ਆਪ ਵਗ ਜੇ ਕਰੋ ਜਦੋਂ ਸਾਨੂੰ ਪਤਾ ਕਿ ਕਿ ਮੈਂ ਅਜ ਲੂਸ ਕੱਢਦੀ ਆ ਚੱਲ ਬਾਈ ਕੋਈ ਨਾ ਫਿਰ ਬਾਈ ਫਿਰ ਲੈ ਜਾ ਜਨੇ ਯਾਰ ਹਾਂ ਬਾਈ ਲੈ ਜਾਓ ਹਲੋ ਪਾਣੀ ਪੀ ਲੋ ਕੀ ਹੋ ਗਿਆ ਟੈਨਸ਼ਨ ਚ ਬੈਠੇ ਹੋ ਇਹ ਕੀ ਹੋਣਾ ਐ ਐ ਪੁੱਛ ਕੀ ਨਹੀਂ ਹੋਇਆ ਜਿਹੜਾ ਕੁਝ ਨਹੀਂ ਹੋਣਾ ਸੀ ਉਹ ਵੀ ਹੋ ਗਿਆ ਦੱਸੋ ਤਾਂ ਸਹੀ ਹੋ ਕੀ ਕਿਹਦੇ ਫੋਨ ਆਏ ਸੀ ਨੇ ਟੈਂਸ਼ਨ ਚ ਉਹ ਤੈਨੂੰ ਕਿਹਾ ਦੀ ਮਾ ਉਹਨੂੰ ਨਾਲੇ ਲਿਆ ਆ ਛੇੜਦਾ ਪੰਗਾ ਉੱਥੇ ਉਹਦਾ ਗੁਰਪ੍ਰੀਤ ਦਾ ਫੋਨ ਸੀਗਾ ਉਹ ਬੁੜੀ ਜੀ ਨੇ ਉੱਥੇ ਉਲਟੀਆਂ ਕਰ ਕਰਨੇ ਦੀ ਠਾਲ ਤੀ ਉਹ ਮੈਂ ਤਾਂ ਐ ਸੀ ਤਾਂ ਰਿਸ਼ਤੇਦਾਰਾਂ ਕੋਲ ਬੈਠੇ ਮੈਨੂੰ ਕੀ ਪਤਾ ਸੀ ਆ ਹੋ ਜੂਗਾ ਲੈ ਉਹ ਕਿਹੜੇ ਰਿਸ਼ਤੇਦਾਰ ਉਹਦੇ ਵਾਸਤੇ ਕੋਈ ਰਿਸ਼ਤੇ ਰਿਸ਼ਤੇਦਾਰ ਨਹੀਂ ਨਾ ਕਿਦੀ ਸੰਗ ਕਰੇ ਹੋ ਉਹ ਕਹਿੰਦਾ ਬਈ ਖਾ ਲੰਦੀ ਆ ਜਿਆਦਾ ਕਹਿੰਦਾ ਉਹ ਉਲਟੀਆਂ ਕਰ ਛੱਡਦਾ ਸਾਰਾ ਪ੍ਰੋਗਰਾਮ ਖਰਾਬ ਕਰਤਾ ਕਹਿੰਦਾ ਨੇ ਕਹਿੰਦਾ ਇਹਨੂੰ ਕਰੀ ਰੱਖਿਆ ਕਰੋ ਕਾਹਨੂੰ ਭੇਜ ਦੇਣੋ ਇਹ ਜੀ ਨੇ ਕਹਿੰਦਾ ਕਿਸੇ ਪਾਸੇ ਜਾ ਰ ਹੁਣ ਆਪਾਂ ਤਾਂ ਆਣੇ ਆ ਮੰਨਦੀ ਆਪਣੀ ਇੱਕ ਵੀ ਨਹੀਂ ਸੁਣਦੀ ਹੈਗੀ ਨਾਲੇ ਹੁਣ ਆਪਣੇ ਤੋਂ ਪੈਸੇ ਲਵਾਉਗੀ ਉਹਦੇ ਇਲਾਜ ਤੇ ਉਹ ਪੈਸੇ ਤਾਂ ਹੀ ਜੀ ਕਰਾਉਣ ਜਿਹੜੀ ਪਿੰਡ ਚ ਮਿੱਟੀ ਪਟੜ ਰਹੀ ਆ ਉਹ ਅੱਡ ਲੋਕ ਉਹਦੀ ਵੀਡੀਓ ਬਣਾ ਰਹੇ ਨੇ ਨੈਟ ਤੇ ਪਾ ਰਹੇ ਨੇ ਹਾਏ ਫੋਟੋ ਆਡਰ ਭੇਜ ਭੇਜ ਰਹੇ ਨੇ ਫੋਟੋਆਂ ਵੀ ਐਤੋਂ ਪਹਿਲਾਂ ਹੀ ਭੇਜਦੇ ਤੇ ਹੁਣ ਹੋਰ ਭੇਜਣਗੇ ਓਹੋ ਇਹਦੀ ਫੋਟੋ ਖਿੱਚ ਕੇ ਥੱਲੇ ਲਿਖ ਦਿੰਦੇ ਨੇ ਪਲੇਟ ਦੇ ਹੱਥ ਚੋਂ ਪਕੌੜਾਂ ਦੀ ਟੀਸੀ ਲੱਗੀ ਥੱਲੇ ਲਿਖ ਦਿੰਦੇ ਨੇ ਇੱਕ ਪਲੇਟ ਦੋ ਪਲੇਟ ਮਗਰ ਮੱਛਾਂ ਦੀਆਂ ਤਿੰਨ ਪਲੇਟ ਮਗਰ ਮੱਛ ਦੀ 10ਵੀਂ ਪਲੇਟ ਚਪਚੇਪ ਲਾ ਬਸ ਲਹੂ ਪੀਰ ਗਏ ਹੁਣ ਦੱਸ ਕਿਹੜੇ ਮੂੰਹ ਲੈਣ ਜਾਵਾਂ ਉੱਥੇ ਚਲੋ ਫਿਰ ਲੈ ਕੇ ਤਾਉਣੀ ਪਊ ਹੋਰ ਕੌਣ ਲੈ ਕੇ ਆਉ ਚਲ ਐਂ ਕਰੋ ਮੈਂ ਚੱਲ ਵਰਦੀ ਨਾਲ ਥੋੜੇ ਮੈਂ ਕਹਿ ਦੂੰ ਬੇਬੀ ਨੂੰ ਫਰੇਮ ਦੀ ਪ੍ਰੋਬਲਮ ਆ ਹੋਰ ਕੀ ਆ ਫਿਰ ਆ ਫਰੇਮ ਦੀ ਪ੍ਰੋਬਲਮ ਆ ਸਭ ਨੂੰ ਪਤਾ ਹੈ ਵੀ ਕੀ ਪ੍ਰੋਬਲਮ ਆ ਖਾਣ ਦੀ ਪ੍ਰੋਬਲਮ ਆ ਹੱਟਦੀ ਨਹੀਂ ਹੈਗੀ ਖਾਣਸੂਰੀ ਹੋ ਰਹੀ ਐ ਫਿਰ ਲੈ ਕੇ ਤੁਹਾਨੂੰ ਆਉਣੀ ਪਊ ਪਿੰਡ ਵਾਲੇ ਕੀ ਆਖਣਗੇ ਲੈ ਜਲੂਸ ਨਿਕਲੂ ਹੁਣ ਜਾਂਦੇ ਦਾ ਮੇਰੇ ਦਾ ਉੱਥੇ ਅਗਲਾ ਝਾਕਦਾ ਵੀ ਇਹਦੀ ਮਾਂ ਐ ਆਹ ਦੇਖ ਲੈ ਕੀ ਹਾਲ ਹੋ ਰਿਹਾ ਦਾ ਵੀ ਅਗਲਾ ਕਹਿੰਦਾ ਪਤਨ ਇਹਨੂੰ ਖਾਣ ਨੂੰ ਨਹੀਂ ਦਿੰਦੇ ਘਰੇ ਇਹਨਾਂ ਦੇ ਕੋਸਾ ਹੀ ਨਹੀਂ ਸਾਲਾ ਨੰਗਾ ਦੇ ਨਾਲੇ ਮੈਂ ਕਿੱਸ ਵੀ ਤੜਕੇ ਕੁਛ ਨਾ ਖਾ ਕੇ ਜਾ ਦੇਖ ਲੈ ਤੜਕੇ ਬੋਲੀ ਖਾ ਕੇ ਗਈ ਕੋਲਾ ਭਰ ਕੇ ਮੈਂ ਕਹਾਂ ਚਲੋ ਚਲੋ ਅੱਜ ਲੈ ਕੇ ਅੱਗੇ ਬੇਬੇ ਨੂੰ ਹੋਰ ਕੀ ਹੈ ਫਿਰ ਮੈਂ ਤਾਂ ਕਹਾਂ ਆਪੇ ਆ ਜੂ ਛੱਡ ਪਰਾਂ ਯਾਰ ਹੁਣ ਮੈਂ ਹੁਣ ਆਪੇ ਕਿਵੇਂ ਆਊਗੀ ਕਰਨ ਲੈਣ ਵੀ ਨਹੀਂ ਆਈ ਲੈ ਹੁਣ ਲੈ ਕੇ ਤਾਂ ਨਹੀਂ ਪੁਆ ਕੇ ਸਮਝਾ ਦਾਂਗੇ ਆਪਾਂ ਬੇਬੇ ਨੂੰ ਵੀ ਨਾ ਐ ਕਰਿਆ ਕਰੀ ਨਾਲੇ ਅੱਗੇ ਤਾਂ ਆਪਾਂ ਭੇਜਦੇ ਨਹੀਂ ਆਪਾਂ ਆਪ ਹੀ ਜਾਇਆ ਕਰਾਂਗੇ ਮੈਂ ਤਾਂ ਕਹਾਂ ਚਾਰ ਰਿਸ਼ਤੇਦਾਰ ਬੁਲਾ ਕੇ ਇਹਦਾ ਜਲੂਸ ਕੱਢੋ ਇਹਦਾ ਫੇਰ ਹਟੂਗੀ ਨਹੀਂ ਨਹੀਂ ਹੁਣ ਐ ਤਾਂ ਕੀ ਖਾ ਮੋਟੀ ਜੀ ਨੂੰ ਅੱਡ ਲਾਲਾ ਵਾਂ ਨੂੰ ਬੁੜੀ ਨੇ ਜਰੂਰਸ ਕਢਾਤਾ ਵਾ ਜਰੂਰ ਨਹੀਂ ਕਢਾਤਾ ਆ ਜਾ ਬੇਬੇ ਆ ਜਾ ਬੇਬੇ ਇਹ ਬੇਨੂ ਆਉਣ ਵਾਲੀ ਹੈਗੀ ਐ ਬੇਬੇ ਉਤਰ ਮਾ ਬੰਦਾ ਐ ਵੀ ਕੱਲਾ ਬੰਦਾ ਲਿਓ ਮੋਟਰਸਾਈਕਲ ਤੇ ਜਾ ਕੇ ਇਹਨੂੰ ਹੂੰ ਏ ਉਹ ਦੇਖੀ ਸਾਰੇ ਕੱਪੜੇ ਲਵੇੜੂ ਮੈਨੂੰ ਲੱਗਦਾ ਇਹ ਨਾਲੇ ਤੇਰੇ ਨਾਲੇ ਮੇਰੇ ਹਾਏ 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 ਗਾਣੂ ਕਰ ਪੀਆ ਬੂ ਬੂ ਕਰ ਹੁਣ ਤੂੰ ਹਾਏ ਬੇ ਤੂੰ ਵਦੀਨ ਕਰਦਾ ਐ ਮੈਂ ਵਦੀਨ ਕਰਦਾ ਤੂੰ ਤੂੰ ਵਦੀਨ ਕਰਦੀ ਐ ਸਾਨੂੰ ਹਾਏ 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 ਥਮ ਕਰ ਤਾ ਥਮ ਹਾਏ ਜਿਹੜਾ ਜਾਂ ਹਾਂਸੀ ਦਾ ਬੱਚਾ ਪਾਲ ਲਿਆ ਜਹੀ ਜੇ ਰੱਖਲੀ ਕਰੇ ਮੈਸੇ ਮੈਂ ਕਿੱਧਰ ਲਾਵਾਂ ਹਾਏ ਕਿਉਂ ਮੈਨੇ ਮਾਰਦਾ ਖਾਣਾ ਦਾ ਉਹ ਬੱਚਾ ਪਾਲ ਲਿਆ ਗੋਦਾ ਬੱਚਾ ਹਾਏ ਮੇਰੀ ਗੱਲ ਸੁਣ ਕਿਵੇਂ ਹੱਥ ਦੇ ਸੀ ਸਾਰੇ ਲੋਕ ਆਪਣੀ ਤੇ ਹਾਏ ਲੋਕਾ ਲੋਕਾ ਕਿਉਂ ਲੋਕਾਂ ਲਿਕੇ ਖਾਂਜੇ ਨੂੰ ਘੜੇ ਵਰਤਾ ਰਖ ਦੇ ਨੇ ਵੀ ਮੈਂ ਜਾ ਦੇ ਕਹਨੀ ਆ ਤੂੰ ਤਾਂ ਦੇਖ ਕੇ ਹਾਏ ਮੇਰੀ ਗੱਲ ਸੁਣ ਲੈ ਬੇਬੇ ਜੇ ਅੱਜ ਤੋਂ ਬਾਅਦ ਤੂੰ ਕਿਸੇ ਰਿਸ਼ਤੇਦਾਰਾਂ ਦੇ ਮਾਮੇ ਦੇ ਚਾਚੇ ਦੇ ਤਾਏ ਦੇ ਭੂਆ ਦੇ ਫੋਪੜ ਦੇ ਭੋਗ ਤੇ ਬਾਗੀ ਠੀਕ ਹੈ ਮੈਤੋ ਵਰਾ ਕੋਈ ਨਹੀਂ ਹੈ ਗਿਆ ਮੇ ਗੋਰੀ ਕਲੇਸ ਨਾ ਕਰ ਰਿਸ਼ਤੇਦਾਰਾਂ ਦੇ ਜਾਣਾ ਵੀ ਪੈਂਦਾ ਹੈ ਖਾਣਾ ਵੀ ਪੈਂਦਾ ਹੈ ਦੇਖ ਲੋ ਜੀ ਹਜੇ ਵੀ ਨਹੀਂ ਇਹਦੀ ਨੀਂਦ ਭਰੀ ਆ ਟੱਡ ਦੇਖੋ ਪਹਿਲਾਂ ਹੀ ਬੇਬੇ ਕਿਵੇਂ ਪੱਠਾ ਜਿੱਡਾ ਕੀਤਾ ਤੂੰ ਨਹੀਂ ਬੇਬੇ ਕਹਿੰਦੀ ਰਿਸ਼ਤੇਦਾਰਾਂ ਦੇ ਖਾਣਾ ਵੀ ਪੈਂਦਾ ਖਾਂਦੀ ਦਾ ਦੁਨੀਆ ਅਸੀਂ ਵੀ ਖਾਂਦੇ ਆ ਨਾ ਹੋਰ ਲੋਕ ਵੀ ਜਾਂਦੇ ਰਿਸ਼ਤੇਦਾਰਾਂ ਦੇ ਆਇਆ ਤਾਂ ਨਹੀਂ ਖਾਂਦੇ ਡੰਗਰਾ ਵਾਂਗੂੰ ਮੈਂ ਕੀ ਜੱਗ ਤੋਂ ਲੈਦੀ ਖਾਨੀਆਂ ਤੂੰ ਤਾਂ ਉਹੀ ਗਲੇ ਸਵਾਨ ਰੱਖੇ ਮੇਰੇ ਨਾਲ ਬਿਨਾਂ ਗੱਲ ਤੋਂ ਤੈਨੂੰ ਤਾਂ ਫੋਨ ਕਰ ਕਰ ਕਹਿੰਦੇ ਨੇ ਵੀ ਲੈ ਜਾ ਚੱਕ ਇਹਨੂੰ ਇਹਨੂੰ ਲੈ ਜਾ ਉਹਨਾਂ ਦੇ ਨਾਲ ਦੱਤੇ ਨੇ ਭੋਜ ਖਰਾਬ ਕਰਤਾ ਗਲੇ ਦਾ ਠੀਕ ਹੈ ਗੱਲਾਂ ਨਾਲੇ ਤੈਨੇ ਸਾਰੇ ਅਗਲੇ ਦੇ ਰਿਸ਼ਤੇਦਾਰਾਂ ਦੇ ਕੱਪੜੇ ਲਵੇੜਦੇ ਉੱਥੇ ਕਰ-ਕਰ ਉਲਟੀਆਂ ਹਾਂ ਹਾਂ ਹਲੇ ਕਹਿੰਦੀ ਕਹਿੰਦੀ ਮੈਂ ਚੱਕ ਤੋ ਲੱਜਦੀ ਖਾਨੀਆਂ ਤੂੰ ਸਾਰੀਆਂ ਪਿੰਡ ਦੀਆਂ ਬੁੜੀਆਂ ਬੰਦੇ ਸਾਰੇ ਹੱਸਦੇ ਸੀ ਕਿਵੇਂ ਮਿੰਨਾ ਮਿੰਨਾ ਜਦੋਂ ਤੇਰੇ ਹਾਜਮ ਨਹੀਂ ਹੁੰਦਾ ਇੰਨਾ ਸਬਾਨ ਖਾਦਾ ਹੋਇਆ ਕਿਉਂ ਖਾਨੀਆਂ ਤੂੰ ਇੰਨਾ ਜਿੰਨਾ ਹਾਜਮ ਹੁੰਦਾ ਉਹਨਾਂ ਖਾ ਲੈ ਬੇ ਕੱਦ ਨੂੰ ਦੇਖ ਕੇ ਖਾਣਾ ਪੈਂਦਾ ਹੋਰ ਕਿ ਇਹੇ ਹੀ ਖਾਣਗੀਆਂ ਜਾਨ ਨਹੀਂ ਪ੍ਰਾਨ ਨਹੀਂ ਮੈਂ ਤਾਂ ਕੰਮ ਵੀ ਬੇਸਹਾਰਾ ਕਰਦੀਆਂ ਜੇ ਖਾਨੀਆਂ ਖਾਨੀਆਂ ਮੂਏ ਮੇਰੇ ਮਾਗਰ ਪਿਆਰ ਹੈ ਨਾ ਤੂੰ ਤਾਂ ਆਣ ਪਿੱਛੇ ਹੀ ਆ ਦੇਖ ਲੋ ਜਮੇ ਨਹੀਂ ਮੰਨਦੀ ਕਿਸੇ ਗੱਲ ਤੇ ਜਮਾਂ ਨਾ ਤੂੰ ਮੰਨਦੀ ਐ ਜਦ ਤੈਨੂੰ ਮੈਂ ਕਿਹਾ ਤੀ ਵੀ ਇਹ ਤੇ ਗੌਰ ਰੱਖ ਲਈ ਉਹ ਤਾਂ ਤੂੰ ਕਹਿੰਦੀ ਮੈਂ ਪੂਰੀ ਗੌਰ ਰੱਖੂੰਗੀ ਪੂਰੀ ਰੱਖ ਲਈ ਪੂਰੀ ਗੌਰ ਹੁਣ ਮੈਨੂੰ ਕੀ ਪਤਾ ਸੀ ਮੇਰੇ ਪਿੱਛੋਂ ਖਾ ਲੂਗੀ ਇੰਨਾ ਕੁਛ ਹਾਂ ਉਹਦਾ ਪਤੀ ਦੀ ਤੇਰੇ ਪਿੱਛੇ ਰੁੜਤੀ ਆ ਜਦੋਂ ਖੰਦ ਗਿਆ ਚਲੋ ਮੇਰੀ ਗੱਲ ਸੁਣੋ ਲੜੋਣਾ ਆ ਬੇਬੇ ਨੇ ਤਾਂ ਪਹਿਲਾਂ ਹੀ ਸਾਹ ਹੋਂਦਾ ਹੋਰ ਕਿਤੇ ਸਾਹੀ ਰੋਕ ਕੇ ਬਹਿ ਜੇ ਦਵਾਈ ਦਵਾ ਦਿਓ ਡਾਕਟਰ ਨੂੰ ਬੁਲਾ ਲਓ ਡਾਕਟਰ ਨੂੰ ਬੁਲਾ ਲਓ ਮੈਂ ਤਾਂ ਕਹਣਾ ਡਾਕਟਰ ਨੂੰ ਕਹਿ ਦੇਣਾ ਤੂੰ ਉੱਥੇ ਦੁਕਾਨ ਦਾ ਤੋਂ ਘਰ ਕੀ ਐ ਤੂੰ ਸਾਡੇ ਕਹ ਨਹੀਂ ਕਰ ਲੈ ਚਲੋ ਮਰੀਜ਼ ਹੁੱਸਦਾ ਉਹਦੇ ਹੋਰ ਤਾਂ ਕੋਈ ਜਾਣਦਾ ਨਹੀਂ ਕੱਲੇ ਆਪਾਂ ਜਾਣਦੇ ਆ ਉਹਨੂੰ ਉਰੀ ਭਟਾ ਲਾਂਗੇ ਚਾਰ ਜੀਸੀਆਂ ਧਰਕੇ ਇੱਥੇ ਬਹਿ ਜੂਗਾ ਉਹ ਤੜਕੇ ਉੱਠਣ ਸਾਰੇ ਤੇ ਟੀਕਾ ਕੱਟਦਿਆ ਕਰੂ ਹੱਥ ਨੇ ਪੈਣ ਲੱਗੀ ਤੇ ਟੀਕਾ ਕੱਟਦਿਆ ਕਰੂ ਦੋ ਚਾਰ ਗੋਲੀਆਂ ਦਪਹਿਰੇ ਸੁੱਟਦਿਆ ਕਰੂਗਾ ਮੂੰਚ ਚਲ ਕੋਈ ਨਾ ਕਾਬਰੋਂ ਨਾ ਜਾਓ ਪਲੀਜ਼ ਬੁਲਾ ਲਿਓ ਡਾਕਟਰ ਦਵਾਈ ਦਵਾ ਦੇ ਦਵਾ ਦਿਓ ਇਹਨੂੰ ਦਵਾਇਆ ਮੈਤੋਂ ਨਹੀਂ ਜਾਇਆ ਇਹਨਾਂ ਦਾ ਡਾਕਟਰ ਨੂੰ ਉਰੀ ਭੇਜ ਦੇਣਾ ਆਪਦਾ ਵੀ ਇੱਥੇ ਦਵਾਈ ਹੋ ਕਰਦਾ ਚਲ ਫਿਰ ਭੇਜ ਦਿਓ ਡਾਕਟਰ ਦਵਾ ਦਿਓ ਦਵਾਈ ਜਲੂਸ ਕੱਟ ਰਿਹਾ ਮੇਰਾ ਜਲੂਸ ਨਹੀਂ ਕੱਟ ਰਿਹਾ ਬੁੜੀ ਜੀ ਨੇ ਬੇਬੇ ਸੋਚ ਕਰ ਲੈ ਕਰ ਤੂੰ ਵੀ ਹਾਂ ਵੀਰ ਨਹੀਂ ਤੋਰਾ ਫੇਰਾ ਕਰੂੰ ਮਾੜਾ ਮੋਟਾ ਨਾ ਆ ਮੰਡਣਾ ਜਾਊਂਗੀ ਨਹੀਂ ਮਨੂੰ ਨਹੀਂ ਮੈਨੂੰ ਤੋਰਾ ਫੇਰਾ ਕਰਨ ਨੂੰ ਮਾੜਾ ਜੇ ਚਾਹ ਕਾ ਮੰਡਣਾ ਜਾਇਆ ਮੜ ਜਾ ਤੂੰ ਰਹਿਨ ਦੇ ਬੇਬੇ ਨਾ ਜਾ ਘਰੇ ਬਹਿ ਜਾ ਨਹੀਂ ਕੋਈ ਨਹੀਂ ਮੈਨੂੰ ਅੰਦਰ ਤਾਂ ਨਹੀਂ ਕੈਦ ਕਰਕੇ ਰੱਖਣਾ ਮਾੜਾ ਮੋਟਾ ਤਾਂ ਫੇਰਾ ਤੋਰਾ ਕਰਨ ਨਹੀਂ ਐ ਉਹ ਲੜਦੇ ਆ ਮੁੜ ਕੇ ਮੈਨੂੰ ਉਹ ਦਸੀ ਨਾ ਵੀ ਬੇਬੇ ਪਿੱਛੇ ਗਈ ਐ ਚੱਲ ਛੇਤੀ ਮੁੜਿਆ ਹੀ ਫਿਰ ਫੇ ਮੈਨੂੰ ਵੀ ਲੜੂਗਾ ਹਾਈ ਕਿ ਦਰਵਾਜ਼ੇ ਕਿ ਦਰੜ ਕਦੀਉ ਨਹੀਂ ਹੈਗੀ ਨਹੀਂ ਮਨੂੰ ਕਪੜੇ ਧੋਦਾਂ ਚਾਹ ਰੇ ਅੱਜ ਫੇਰ ਗਾਲਾਂ ਮਿਲਣਗੀਆਂ ਨਹੀਂ ਮਨੂੰ ਹਾਂ ਬੇਬੇ ਮੇਰੀ ਗੱਲ ਸੁਣ ਹਾਏ ਕੀ ਬੋਲਣਗੀ ਅੱਜ ਫੇਰ ਤੇਰਾ ਤਾਂ ਰੋਜ਼ ਦੀ ਹੀ ਹਾਲ ਕੀ ਹੋ ਗਿਆ ਮਨੂੰ ਐ ਕਰ ਇਹ ਨੋਦੀ ਪੂੜੀ ਲੈ ਕੇ ਆ ਮੇਰਾ ਤਾਂ ਡੱਡਾ ਫਰਿਆ ਪਿਆ ਐ ਨਾ ਹੁਣ ਕੀ ਖਾ ਲਿਆ ਨਹੀਂ ਖਾਣਾ ਕੀ ਤੀ ਤੂੰ ਗੁਰੀ ਨੂੰ ਨਾ ਦੱਸੀ ਮੇਰੀ ਜਾਨ ਨੂੰ ਸਿਆਪਾ ਹੋ ਜਾਣਾ ਲੜਦਾ ਫੇਰਾ ਕਿ ਉਹ ਨਿਕੀ ਤੇ ਤੇਰੀ ਤਾਈ ਜੀ ਨੂੰ ਕੋਲੇ ਵਾਗੀ ਮੈਂ ਤਾਂ ਉਹਨਾਂ ਦਾ ਛੋਲੇ ਪੂਰੀਆਂ ਬਣਾ ਰਹੀਆਂ ਤੇ ਨਾਲ ਪ੍ਰਸ਼ਾਦ ਬਣਾ ਲਿਆ ਮੈਂ ਤਾਂ 10 ਬਾਰੀ ਖਾਧੀਆਂ ਨੇ ਵੱਧ ਖਾਧੀਆਂ ਵੀ ਨਹੀਂ ਹੈਗੀਆਂ ਪਤਾ ਨਹੀਂ ਕਿੱਡ ਨੂੰ ਫੇਰ ਫਰੇ ਮਾ ਉਹ ਗਿਆ ਨਾਲ ਖੜਾਤੀ ਮੱਛਣਾ ਪਾਣੀ ਪੀ ਲਿਆ ਉੱਤੋਂ ਦੀ ਅੰਦਰ ਏ ਢਿੱਡ ਦੇ ਭੁੱਲ ਗਿਆ ਨਾ ਬੇਬੇ 10 12 ਥੋੜੀਆਂ ਹੁੰਦੀਆਂ ਪੂਰੀਆਂ ਹੋਰ ਕਿੰਨਿਆ ਕੁੰਦੇ ਨੇ ਵਾਈ ਨਹੀਂ ਇਹਨਿਆ ਕਦਾ ਹੁੰਦਿਆ ਨਹੀਂ ਇੰਨਿਆ ਕਦਾ ਖਾਦਿਆਂ ਜਾਂਦਿਆਂ ਨੇ ਕੋਈ ਜ਼ਿਆਦਾ ਨਹੀਂ ਹੁੰਦੀਆਂ ਤੇ ਬੇਬੇ ਆਪਣੀ ਉਮਰ ਤੇ ਆਪਣੀ ਬਿਮਾਰੀ ਦੇਖ ਲਿਆ ਕਰ ਫਿਰ ਬਾਅਦ ਚ ਔਖੀ ਹੁੰਨੀ ਆਪ ਹੀ ਕੌਣ ਤੰਗ ਹੁੰਦਾ ਤੂੰ ਹੀ ਤੰਗ ਹੁੰਨੀ ਆ ਮੈਨੂੰ ਮੈਨੂੰ ਉਹ ਲੜੂਗਾ ਕੀ ਕਰਾਂ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਮੇਰੀ ਜੀਬ ਵਡਾਉਣੀ ਪਊ ਜਿਹੜੀ ਸਵਾਦ ਭਾ ਲਿਆ ਕੰਜਰੀ ਬਿੰਦੇ ਬਿੰਦੇ ਕਦੇ ਕੁਛ ਕਦੇ ਕੁਛ ਮੈਂ ਤਾਂ ਖਾ ਲੀਏ ਨੇ ਲੈ ਫਿਰ ਹੁਣ ਕੀ ਕਰਾਂ ਦੱਸ ਇਹਨੂੰ ਦੀ ਪੂੜੀ ਲਿਆ ਦੇ ਗੁਰੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਯਾਰ ਇੱਕ ਵਾਰ ਸੈੱਟ ਹੋ ਜਾਈ ਹਾਂ ਸੈੱਟ ਹੋ ਜਾਈ ਫਿਰ ਮੈਂ ਲੈ ਕੇ ਹਾਈ ਚਲ ਹਾਈ ਆ ਮੋਟਰਸਾਈਕਲ ਵੀ ਵਿਚਾਰਾ ਠੀਕ ਕਰਾਉਣ ਵਾਲਾ ਹੋ ਰਿਹਾ ਆ ਵੀ ਪਾਟ ਗਏ ਕਵਰ-ਕਵਰ ਜੇ ਵੀ ਨਵੇਂ ਫੋਨ ਵਾਲਾ ਨਹੀਂ ਮਿਸਤਰੀ ਲਵੇ ਟਾਈਮ ਹੀ ਨਹੀਂ ਫੋਨ ਕਿਹਨੇ ਕਰ ਲਿਆ ਹੁਣਾ ਆ ਕੀ ਦਾ ਫੋਨ ਆ ਗਿਆ ਹੁਣਾ ਹਲੋ ਹੈਲੋ ਗੁਰੂ ਬੋਲਦਾ ਭਾਈ ਹਾਂ ਗੁਰੂ ਬੋਲਦਾ ਕੌਣ ਬੋਲਦਾ अच्छा हां भाई हां चेहरे के में भाई आप दीया बुढ़िया का कोई हिल्ला क्यों की हो गए भाई भाई ਸਾਡੇ ਤੇ ਕੜਾਈ ਜਿਹੜੀ ਸੀ ਸੀ ਸੋਡੀ ਬੁੜੀ ਸੜਕੀ ਆ ਕੇ ਬੈਠੇ ਸਾਰੀ ਮਠਾਈ ਮੁਕਾਤੀ ਭਾਈ ਤੂੰ ਤਾਂ ਸਾਨੂੰ ਵਿਆਹ ਚ ਨਹੀਂ ਬੁਲਾਇਆ ਤੀ ਭਾਈ ਉਹ ਵੀ ਤਾਂ ਗੱਲ ਹੈ ਭਾਈ ਹੁਣ ਪ੍ਰਾਣੇ ਹੁੱਸੇ ਬੈਠੇ ਨੇ ਰਿਸ਼ਤੇਦਾਰਾਂ ਨੇ ਮੂਵਿੰਗ ਦਾ ਰੱਖੇ ਨੇ ਉਹ ਅਸੀਂ ਦੱਸ ਉਹਨਾਂ ਨੂੰ ਕੀ ਖਵਾਈਏ ਪਰ ਹੁਣ 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 ਹੋਪ ਕੱਲੀ ਖਾ ਖਾ ਗਈ ਹੋਰ ਤਾਂ ਠੀਕ ਹੈ ਭਾਈ ਮੂੰ ਤਾਂ ਬੁੜੀ ਤਾਂ ਠੀਕ ਹੈ ਬਸ ਸਾਰੂ ਠੀਕ ਹੈ ਨਾਗਰੀਏ ਉਲਟੀਆਂ ਕਰਨ ਨਾਗਰੀਏ ਨਾਲੇ ਸਾਡਾ ਸਾਰਾ ਵਿਆਹ ਗਰਾਹ ਪੁੱਈ ਆਪੀ ਨੂੰ ਛੇਤੀ ਲੈ ਜਾਵੇ ਮਤ ਕਰਕੇ ਉਹ ਤਾਂ ਉਹਦਾ ਬਾਹ ਬੁਰਾ ਹੋ ਰਿਹਾ ਕੋਈ ਕੋਈ ਨਾ ਲੈ ਜਨੇ ਬਾਈ ਤੁਸੀਂ ਮੜਾ ਗੌਰ ਰੱਖਿਓ ਹੈ ਗੌਰ ਨਹੀਂ ਬਾਈ ਜਿਸ ਵਾਸਤੇ ਪਹੋਚ ਹੋ ਰੋ ਖਲੀਟਾ ਕਰਕੇ ਇਸੀ گاਉਂ ਦੇ ਨਾਲ ਰਖ ਰਿਆ ਸੱਤ ਬਾਰੇ ਕੋਈ ਕਦੇ ਗਲਾਹ ਪਾਉਣ ਨਾ ਕਦੇ ਉਹ ਚੰਪ ਚੰਮ ਕਦੇ ਰਸਗੁੱਲੇ ਕਦੇ ਗੋਸ ਬਾਈ ਆਪਾਂ ਛੇਤੀ ਲੈ ਜੋ ਇਹਨੂੰ ਕੋਈ ਨਾ ਲੈ ਜਨੇ ਬਸ ਤੁਸੀਂ ਆਉਣੇ ਬਾਈ ਫਿਰ ਆ ਜਾ ਆ ਜਾ ਬਾਈ ਮੜੇ ਹਮਦਰ ਕਰਕੇ ਆ ਜਾ ਆਉਣੇ ਬਾਈ ਆਏ ਉਹ ਰੱਬਾ ਤੇ ਟਟ ਲਾਤਾ ਕਿ ਟੋਆ ਲਾਤਾ ਕਿ ਖੂ ਲਾਤਾ ਇਹ ਯਾਰ ਅੱਡ ਦੁਖੀ ਕਰ ਲਿਆ ਬੁੜੀ ਨੇ ਮੈਂ ਅਰੇ ਕਿਤੇ ਬੇਇਜ਼ਤੀ ਕਰਾਉਂਦੀ ਆ ਘਰੇ ਕਿਤੇ ਕਰਾਉਂਦੀ ਆ ਨਹੀਂ ਸੁਣਦੇ ਨਹੀਂ ਆ ਲਿਆ ਵਾ ਤੇਰੀ ਮਾਂ ਨੂੰ ਜਿਹਰੇ ਕੇ ਬੜ ਰਿਹਾ ਹੁਣਾ ਦੁਖੀ ਕਰ ਲਿਆ ਐਵੇਂ ਨੂੰ ਵੀ ਸੰਨੀਆਂ ਰਲਾ ਦੀਏ ਛੇਤੀ ਰਲਾ ਦੇ ਸੰਨੀ ਮਾਂ ਕੱਪੜੇ ਬਦਲ ਨਾ ਹੁਣ ਕਿਹਨੇ ਕਰ ਲਿਆ ਫੋਨ ਹਲੋ ਹਲੋ ਗੁਰੂ ਬੋਲਦਾ ਭਾਈ ਹਾਂ ਜੀ ਗੁਰੂ ਬੋਲਦਾ ਕੌਣ ਬੋਲਦੇ ਹੋ ਅਸੀਂ ਇੱਧਰ ਕਿਸ ਤੇ ਘਰਾਂ ਬੋਲਦੇ ਆ ਭਾਈ ਸਾਡਾ ਖੰਡ ਫਾਸਤੀ ਅੱਜ ਤੋਂ ਸੀ ਜਾ ਹਾਂ ਜੀ ਹਾਂ ਜੀ ਤੇਰੇ ਘਰ ਤੇ ਆ ਗਈ ਨਰੈਸੀ ਨੂੰ ਬੁਲਾਈ ਨਹੀਂ ਉਹ ਜਿਆਦੇ ਖਾ ਗਈ ਉਹ ਨੂੰ ਲੈ ਕੇ ਆਰੇ ਆ ਗਈ ਤੁਹਾਡੇ ਕਿੰਨੀ ਜੀ ਉਹ ਮਾਰ ਭਾਈ ਵਿਰਾ ਬਲਾਈ ਆ ਜਾਂਦੀ ਉਹਨੂੰ ਪਤਾ ਤਾਂ ਹੈਗਾ ਤੇਰੀ ਬੇਬੇ ਬਾਰੇ ਪਤਾ ਹੀ ਹੋਣਾ ਪਤੀ ਹੈ ਜੀ ਸਾਰਾ ਕੁਝ ਆਹ ਉਹ ਰੱਖੀ ਹੋਰ ਲੱਗ ਰਹੀ ਹੁਣੀਆਂ ਕਰੀ ਜਾਂਦੀ ਹੈ ਜਿਆਦੇ ਖਾ ਗਈ ਲੈ ਜਾ ਇਹਨੂੰ ਕੋਈ ਨਾ ਲੈ ਜਨੇ ਜੀ ਕੀ ਕਰੀ ਤਾ ਬੁੜੀ ਜੀ ਨੇ ਪਿੰਡ ਚ ਜਲੂਸ ਕਢਾ ਰਖੇ ਜਦੋਂ ਕੋਈ ਬੁਲਾਉਂਦਾ ਉੱਥੇ ਤਾਂ ਜਾਣੀ ਜਣਾ ਬਿਨ ਬਲਾਏ ਵਾਲੇ ਦੇ ਵੀ ਜਾ ਖੜਦੀਏ ਉਹਨੂੰ ਲਿਆਉਣਾ ਬੂ ਚੱਕ ਕੇ ਇੱਕ ਤਾਂ ਥੋਂ ਥੋਂ ਬੇਇੱਜ਼ਤੀ ਕਰਾ ਰਖਿਆ ਹੋਏ। ਇਹ ਆ ਸੱਡੀ ਰਲਾ ਦੀ। ਹਣੂੰ ਲਿਆਵਾਂ ਤੇਰੀ ਮਾਂ ਨੂੰ। ਹਾਂ ਠੀਕ ਹੈ ਬੇ ਠੀਕ ਹਾਂ ਹੁਣ ਤਾਂ ਗੋਰੀ ਹੁਣ ਤਾਂ ਠੀਕ ਹੈ ਅੱਗੇ ਨਾ ਫਰਕ ਹੈ ਕੁਛ ਹਾਂ ਹੁਣ ਤਾਂ ਫਰਕ ਹੈ ਦਵਾਈ ਲੈਣ ਦੀ ਜਿਹੜੀ ਉਹਦੇ ਨਾਲ ਫਰਕ ਪੈ ਗਿਆ ਉਹ ਦਵਾਈ ਤੇਰੀ ਜਿਹੜੀ ਆਹ ਬਿਮਾਰੀ ਹੈ ਜਿਆਦਾ ਖਾਨੀ ਹੈ ਤੂੰ ਉਹਨੂੰ ਠੀਕ ਕਰੂਗੀ ਆ ਕੀ ਦਾ ਫੋਨ ਆ ਗਿਆ ਉਹ ਇਹਦਾ ਮੈਂ ਲਾਉਂਦਾ ਦੀ ਪਤਾ ਨਹੀਂ ਕਿਸੇ ਨੂੰ ਇਹਦਾ ਇਹਨੇ ਫੋਨ ਕਿਵੇਂ ਕਰ ਲਿਆ ਰਿਸ਼ਤੇਦਾਰ ਨੇ ਹਲੋ ਹਲੋ ਆਵਾਸੀ ਕਿਵੇਂ ਪੁੱਤ ਠੀਕ ਹੈ ਹਾਂ ਹਾਂ ਸਤਿ ਸ੍ਰੀ ਅਕਾਲ ਮਾਸੀ ਪੈਰੀ ਬੈਨਾ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾ ਤੇਰੀ ਮਾਂ ਕਿਵੇਂ ਆ ਆ ਮਾਂ ਵੀ ਠੀਕ ਆ ਮਾਸੀ ਠੀਕ ਆ ਮਾਂ ਅੱਛਾ ਹਾਂ ਮੈਂ ਪੰਦਰਵੇਂ ਦਿਨ ਆਏ ਕਹਿੰਦੀ ਸੀ ਹਾਂ ਮਾਸੀ ਤੇ ਭਰਾ ਦਾ ਨਾ ਵੀਜ਼ਾ ਲੱਗ ਗਿਆ ਤੇ ਤੁਸੀਂ ਆਇਆ ਕਰੋ ਤੇਰੀ ਬੇਬੇ ਨੂੰ ਭੇਜ ਦੇ 5-7 ਦਿਨ ਪਹਿਲਾਂ ਮੇਰੇ ਕੋਲ ਆ ਅੱਛਾ ਵੀਜ਼ਾ ਲੱਗ ਗਿਆ ਵਧਾਈਆਂ ਫਿਰ ਤੁਹਾਨੂੰ ਵਧਾਈਆਂ ਤੇ ਹੋਰ ਖੰਡ ਪਾਤਰ ਖਾਣਾ ਪੁੱਤਾ ਆਪਾਂ ਅੱਛਾ ਖੰਡ ਪਾਤਰ ਖਾਣਾ ਤੇ ਮੇਰੀ ਗੱਲ ਸੁਣ ਮੇਰਾ ਸ਼ੇਰ ਬਣ ਕੇ ਤੇ ਤੇਰੀ ਮਾਂ ਨੂੰ ਛੱਡ ਜਾ ਮੇਰੇ ਕੋਲ ਹੈ ਮੇਰੀ ਮਾਂ ਦਾ ਢਿੱਲੀ ਹੋ ਰਹੀ ਆ ਮਾਸੀ ਕਦੋਂ ਹੋ ਰਹੀ ਆਉਂ ਤੁਸੀਂ ਜੰਨੇ ਅੱਛਾ ਜੀ ਢਿੱਲੀ ਹੋ ਰਹੀ ਆ ਸਾਨੂੰ ਆਉਣਾ ਪਊ ਹਾਂ ਹਾਂ ਅਸੀਂ ਆ ਜਾਾਂਗੇ ਉਹਦਾ ਢਿੱਲੀ ਹੋ ਰਹੀ ਆ ਵਿਚਾਰੀ ਹਾਂ ਹਾਂ ਤੁਸੀਂ ਪਤਾ ਲੈ ਜਿਓ ਭੋਗ ਤੋਂ ਬਾਅਦ ਹਾਂ ਚੱਲ ਚੰਗਾ ਪੁੱਤ ਚੰਗਾ ਮਾਸੀ ਚੰਗਾ ਸਾਸਰੀ ਗਾਲਾ ਜੀ ਕੁੜੀ ਮੈਂ ਕਰੀ ਵੀ ਤੇਰੀ ਮਾਸੀ ਨੇ ਜੇ ਖੰਡ ਪਾਟ ਕਰਾਇਆ ਮੈਨੂੰ ਦੋ ਦਿਨ ਪਹਿਲਾਂ ਛੱਡੀ ਲੈ ਤੈਨੂੰ ਪਹਿਲਾਂ ਛੱਡੀ ਮੈਂ ਤੇ ਕਹੇ ਬਿਮਾਰ ਹੋ ਰਹੀਓ ਮੈਂ ਕੋਈ ਬਿਮਾਰ ਨਹੀਂ ਹੈਗੀ ਮੈਂ ਤਾਂ ਹੁਣ ਘੋੜੇ ਵਰਗੀ ਆ ਮੈਂ ਤਾਂ ਮੰਡੇ ਚ ਵਾਗ ਜੂ ਉਹ ਫਿਰ ਤੂੰ ਬਸ ਕਰ ਬੈਠੀ ਰਹਿ ਲੈ ਰਹਿਣ ਦੇ ਰਹਿਣ ਦੇ ਹਾਂ ਤੂੰ ਮੇਰੀ ਗੱਲ ਸੁਣ ਤੂੰ ਕੜਾਏਂਗੇ ਜਲੂਸ ਉੱਥੇ ਸਿੱਧੀ ਗੱਲ ਦੱਸਾਂ ਤੈਨੂੰ ਮੈਂ ਮੈਂ ਤਾਂਹੀਂ ਉਹਨੂੰ ਕਹੇ ਵੀ ਤੂੰ ਬਿਮਾਰ ਹੋ ਰਹੀ ਐ ਹੈ ਤੈਨੂੰ ਮੈਂ ਪਿੰਡ ਚੋਂ ਭੋਗਾ ਤੋਂ ਵਿਆਹਾਂ ਚੋਂ ਲਿਆ ਲਿਆ ਥੱਕ ਗਏ ਮੇਰੀ ਮਾਂ ਬੇ ਰਿਸ਼ਤੇਦਾਰਾਂ ਤਾਂ ਜਾਣਾ ਹੀ ਪੈਂਦਾ ਨਾ ਨਾ ਜਾਣਾ ਨਹੀਂ ਹੈਗਾ ਤੈਨੂੰ ਕਿਹੜਾ ਕਹਤਾ ਬੱਸ ਨਾ ਜੰਗਾ ਫਿਰ ਨਹੀਂ ਜਾਂਦੀ ਮੈਂ ਹੁਣ ਹੋਈ ਜਾਂ ਨਾ ਸਿੱਧੀ ਪਹਿਲਾਂ ੜੀ ਕਰਕੇ ਜਾਂਦੇ ਹੁੰਦੇ ਤੂੰ ਹੁਣ ਦੇਖ ਕਿਵੇਂ ਚੁੱਪ ਕਰਕੇ ਮੰਨ ਗਈ ਨਹੀਂ ਜਾਂਦੀ ਲੈ ਸੀ ਬੋ ਮੁੰਡਾ ਲਿਆ ਗਿਆ ਆਪਣੀ ਬਹੂ ਨੂੰ ਪਿੰਡ ਮਰੇ ਆਉਣ ਵਾਸਤੇ ਜਦੋਂ ਆਊਗਾ ਦੇਖ ਹੀ ਜਾਊਗੀ ਆਪੇ ਮੇਰੇ ਮਗਰ ਆਉਂਦੇ ਰਹਿਣਗੇ ਥਾਰ ਖੁੱਲੇ ਪੈਨ ਅੱਧੇ ਘੰਟੇ ਤੱਕ ਕੋਣ ਕੋ ਦਰ ਮੈਂ ਨਾ ਕਜੂ ਨਾ ਮੈਂ ਬਤੂ ਕਿੱਥੇ ਜਾਨੀ ਆ ਮਾ ਆ ਰੋਗਦੇ ਉਹਗਦੇ ਐ ਤਾਂ ਨਹੀਂ ਜਾਣ ਦਿੰਦੇ